मने आनंद सदा सुख पाया, पेटिया गहर गंभीर। सच्ची संगत बैसना, सच नाम मन धीर। मन रे सतगुर सेव निसंग, सतगुर सेवें हर मन वसै। लगै ना मैल पतंग राव, सच्चै शब्द पत उपजै। सच्चे सच्चा नाओ, जिन्ही हौ मैं मार पछाणिया। हौ तिन बलिहारै जाओ, मनमुख सच ना जाननी। तिन ठौर ना कतहु थाओ, सच खाना सच पहनना। सच्चे ही विचवास, सदा सच्चा सालाहना। सच्चै शब्द निवास, सब आत्म राम पछाणिया। गुरमति निज करवास, सच वेखण सच बोलना। तन मन सच्चा होए, सच्ची साखी उपदेश सच। सच्चे सच्ची सोए, जिन्ही सच विसारिया। से दुखिए चले रोए, जिन्ही सच विसारिया। से दुखिए चले रोए। वाहिगुरु जी का खालसा, वाहिगुरु जी की फतेह। जुगो जुग अटल शब्द सतगुरु, तन तन गुरु ग्रंथ साहिब जी। गुरु पातशाह जी दी हजीम बख्शिश। शाम समय असी सत्संगत मान रहे हाँ। ये सवा गुरबाणी व्याख्या दा है, जिस विच गुरु अमरदास पातशाह द्वारा उचरित कीती गई अष्टपद्यां दी रचना, जो कि श्री राग दा हिस्सा है, वो असी विचार रहे हाँ। आप जी ने इस पावन माणक दे शुरुआती चार पद्यां दा पाठ सरवण कीता है। इहदी विचार बीते कल तो पिछले रोज प्रारंभ कीती सी। मौलिक रूप दे विच मुख सुनेहे दा बंद ते शुरुआती पदा असी विचारिया सी। अगलेरे कुछ पद्यां दी विचार असी अज करांगे। एक सरसरी नज़र जस रहाओ दे बंद ते, जो कि मुख सुनेहा है। मन रे सतगुर सेव निसंग, सतगुर सेवें हर मन वसै। लगै न मैल पतंग, मन रे सतगुर सेव निसंग। निसंग दा मतलब है बेपरवाह। बंदा दो तरह दा जिहड़ा लाइफ स्टाइल या वे ऑफ लाइफ है, उन्हूं बड़ी ईजीली अडोप्ट कर लैंदा है। नंबर एक, बहुत परवाहदार होना, हर चीज़ लई रवानदारी करनी, मतलब ओवर वरी हर वक्त रहना बिना अननैसेसरी। असी मोस्टली इस करके संसार दे विच ज़्यादा परेशान रहिंदे आ, बिना वजह चीज़ां नूं सोची जाने आ। उस रूप दे विच बंदा अपना अमल करे, अपना कर्म करे, जो उहदा बणदा उहदे ते फोकस करे, बाकी रैसट ऑफ अकाल पुरख वाहिगुरु ते छड्डे। यही रजा विच राजी रहना है। पर अननैसेसरी जिहड़ियां ने सोचां मनुख मन मंडले चलदियां, सो बंदा बहुत परवाहदार फिक्रमंद साढ़े आम करके क्या भी जाता है। असल बंदा ओ हुंदा है जिहड़ा गम खाए ते कम खाए। मीन गमगीन रहे हर वक्त ते बस वर्कोहलिक होवे, दैट इज़ अ गुड परसन। नो, एक्चुअली
ਫਿਰ ਜ਼ਿੰਦਗੀ ਕਿੱਧਰ ਗਈ? ਇਹ ਜੀਵਨ ਕਾਹਦੇ ਵਾਸਤੇ ਮਿਲਿਆ ਹੈਗਾ? ਬੰਦੇ ਨੂੰ ਕਿਸੇ ਉੱਚੇ ਮਨੋਰਥ ਵਾਸਤੇ ਜੀਵਨ ਜੀਣਾ ਚਾਹੀਦਾ ਹੈਗਾ, ਆਪਣੇ ਜੀਵਨ ਨੂੰ ਮੰਨਣਾ ਚਾਹੀਦਾ, ਹੰਡਾਉਣਾ ਚਾਹੀਦਾ ਹੈਗਾ। ਸੋ ਇਸ ਕਰਕੇ ਬਹੁਤ ਜ਼ਿਆਦਾ ਪਰਵਾਹਦਾਰ ਹੋ ਕੇ ਜੀਣਾ ਇਹ ਕੋਈ ਜ਼ਿੰਦਗੀ ਨਹੀਂ। ਫਿਰ ਦੂਸਰਾ ਹਿੱਸਾ ਵੀ ਵੱਡੇ ਲੈਵਲ 'ਤੇ ਮਿਲ ਜਾਂਦਾ ਤੁਹਾਨੂੰ, ਉਹ ਕਿਹੜਾ? ਲਾਪਰਵਾਹ, ਹੂ ਕੇਅਰ, ਦੈਟ ਇਜ਼ ਆਲਸੋ ਨੋਟ ਏ ਗੁੱਡ ਚੋਇਸ। ਭਾਈ ਕੇਅਰ ਤਾਂ ਹੋਣੀ ਚਾਹੀਦੀ ਹੈ। ਜੇ ਮੇਰੇ ਕਿਸੇ ਅਮਲ ਐਕਟ ਕਰਨ ਦੇ ਨਾਲ ਮੇਰੇ ਆਲੇ ਦੁਆਲੇ ਨੁਕਸਾਨ ਪਹੁੰਚਦਾ ਹੈ, ਮੇਰੇ ਘਰ ਦੇ ਜੀਆਂ ਨੂੰ ਨੁਕਸਾਨ ਪਹੁੰਚਦਾ, ਮੇਰੇ ਆਪਣੇ ਆਪ ਨੂੰ ਹਾਰਮ ਹੁੰਦਾ ਹੈਗਾ, ਮੈਨੂੰ ਬਚਣਾ ਚਾਹੀਦਾ। ਲਾਪਰਵਾਹੀ ਕਿਉਂ ਕਰਨੀ? ਲਾਪਰਵਾਹੀ ਹੁੰਦੀ ਹੈ ਨਾ ਜਦੋਂ ਅਸੀਂ ਸਿਲੀ ਮਿਸਟੇਕਸ ਕਰਦੇ ਹਾਂ, ਬਿਨਾਂ ਧਿਆਨ ਦਿੱਤੇ ਗੱਡੀ ਪਜਾਣੀ, ਬਿਨਾਂ ਵੇਖੇ ਸੜਕਾਂ ਦੇ ਤੁਰਨਾ, ਆਲੇ ਦੁਆਲੇ ਸਭ ਕਿਸੇ ਰੂਪ ਵਿੱਚ ਇਗਜ਼ਾਮਪਲ ਕਰ ਲਓ ਤੁਸੀਂ, ਹਰ ਤਰ੍ਹਾਂ ਦਾ ਜੀਵਨ ਯਾਪਨ ਜਿਹੜਾ ਹੈ, ਫਿਰ ਨਾ ਬੰਦਾ ਪਰਵਾਹਦਾਰ ਹੋ ਕੇ ਜੀਰ ਸਕਦਾ ਹੈ, ਨਾ ਲਾਪਰਵਾਹ ਹੋ ਕੇ ਜੀ ਸਕਦਾ, ਫਿਰ ਜੀਣਾ ਕਿਵੇਂ ਹੈ? ਬੇਪਰਵਾਹ। ਪਰਵਾਹ ਤਾਂ ਹੈ, ਪਰ ਉਹ ਪਰਵਾਹ ਇੰਨੀ ਜ਼ੋਰਾਵਰ ਨਹੀਂ ਕਿ ਜੀਵਨ ਦੀ ਪਰਫੋਰਮੈਂਸ ਦੇ ਉੱਤੇ ਅਸਰ ਪਾਏ, ਅਤੇ ਬੰਦਾ ਇਸ ਲੈਵਲ 'ਤੇ ਵੀ ਨਹੀਂ ਕਿ ਬਿਲਕੁਲ ਹੀ ਇਸ ਚੀਜ਼ ਤੋਂ ਪਰੇ ਹੋ ਜਾਏ ਕਿ ਰਿਸਪੋਂਸੀਬਿਲਟੀ ਨਾ ਲੈ। ਨਾ, ਇਹ ਹੈ, ਇਹ ਐਕਚੁਅਲ ਬੈਲੈਂਸਡ ਅਪਰੋਚ ਆ ਜੀਵਨ ਦੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ। ਗੁਰਮਤਿ ਤੇ ਐਮਫਸਾਈਜ਼ ਕਰਦੀ ਹੈ, ਜ਼ੋਰ ਦਿੰਦੀ ਹੈ, ਇਹ ਫਿਰ ਸਿੱਖਣੀ ਪੈਂਦੀ ਹੈ। ਇਟ ਐਕਚੁਅਲੀ ਕੈਨੋਟ ਕਮਿਟ ਸੈਲਫ, ਯੂ ਹੈਵ ਟੂ ਲਰਨ ਇਟ, ਦੈਟਸ ਵਾਈ ਵੀ ਆਰ ਸਿੱਖ। ਇਹ ਸਿੱਖੀ ਦਾ, ਇਹਨੂੰ ਮਹਾਰਾਜ ਕਹਿੰਦੇ ਤੂੰ ਸਿੱਖ ਸਕਦਾ ਹੈ। ਬਚਨ ਹੈ ਮਨ ਰੇ ਸਤਿਗੁਰ ਸੇਵ ਨਿਸੰਗ, ਸਤਿਗੁਰੂ 'ਤੇ ਭਰੋਸਾ ਕਰਕੇ ਇਸ ਨਿਸੰਗ ਜਾਚ ਨੂੰ, ਇਹ ਜਿਹੜੀ ਹੈ ਬੇਪਰਵਾਹ ਜਾਚ, ਇਹ ਸਿੱਖ ਇਸ ਤਰ੍ਹਾਂ ਜੀਵਨ ਜੀ। ਨਾਲ ਹੀ ਇਹਦੇ ਹੈ ਸਤਿਗੁਰ ਸੇਵਿਆਂ ਹਰ ਮਨ ਵਸੈ, ਲਗੈ ਨਾ ਮੈਲ ਪਤੰਗ, ਲਗੈ ਨਾ ਮੈਲ ਪਤੰਗ। ਆਪਨੇ ਦੇਖਿਆ ਹੋਏਗਾ ਮੈਲ ਨਾ, ਜਿਵੇਂ ਸਾਡੇ ਵਾਸਤੇ ਬੈਕਟੀਰੀਆ ਵਗੈਰਾ ਜੋ ਗੰਦਗੀ ਹੈ, ਫਿਲਥ ਹੈ, ਇਸ ਰੂਪ ਵਿੱਚ ਹੁੰਦਾ ਹੈ। ਇਹਦਾ ਸਿੱਧੇ ਤੌਰ 'ਤੇ ਗੱਲ ਇਹ ਹੁੰਦੀ ਹੈ ਕਿ ਜਦੋਂ ਕਰੀ ਕਿਤੇ ਕੋਈ ਬੈਕਟੀਰੀਆ, ਕੋਈ ਮੈਲ, ਕੋਈ ਉਹ ਜਨਰੇਟ ਹੋਣੀ ਸ਼ੁਰੂ ਹੋ ਜਾਵੇ, ਫਿਰ ਵਧੀ ਜਾਂਦੀ ਹੈ। ਇਹਦੇ ਤੋਂ ਬਚਾਅ ਦਾ ਇਹੋ ਹੀ ਹੈ ਕਿ ਮੈਲ ਜੁੜਨ ਹੀ ਨਾ ਦਿਓ, ਬਿਲਕੁਲ ਨਾ ਮਾਤਰ ਵੀ ਨਾ ਹੋ, ਕੰਪਲੀਟ ਕਿਸੇ ਚੀਜ਼ ਨੂੰ ਕਲੀਨ ਰੱਖਣਾ, ਨੀਟ ਕਲੀਨ ਜਿਹਨੂੰ ਅਸੀਂ ਕਹਿੰਦੇ ਹੈਗੇ ਹਾਂ। ਆਪਣੇ ਜੀਵਨ ਦੇ ਵਿੱਚ ਵੀ ਜਿੱਥੇ ਤੁਹਾਨੂੰ ਮਾੜੀ ਜਿਹੀ ਵੀਕਨੈਸ ਆ ਜਾਂਦੀ ਹੈ, ਜਿੱਥੇ ਕੋਈ ਮਾੜਾ ਜਿਹਾ ਵੀ ਕੋਈ ਫਲਾਅ ਆ ਜਾਂਦਾ ਹੈ, ਮਾੜਾ ਜਿਹਾ ਵੀ ਕੋਈ ਐਰਰ ਆ ਜਾਂਦਾ, ਉਹ ਫਿਰ ਉੱਥੇ ਨਹੀਂ ਰੁਕਦਾ, ਵਧੀ ਜਾਂਦਾ ਵਧੀ ਜਾਂਦਾ। ਜਿਹੜੇ ਹਰੀ ਦੇ ਰੱਬ ਦੇ ਭੈ ਭਾਅ ਵਿੱਚ ਰਹਿੰਦੇ ਨੇ, ਉਹ ਆਪਣੇ ਆਪ ਨੂੰ ਦਰੁਸਤ ਕਰਦੇ ਨੇ, ਅਤੇ ਉੱਥੇ ਫਿਰ ਲਗੈ ਨਾ ਮੈਲ ਪਤੰਗ, ਜ਼ਰਾ ਮਾਤਰ ਵੀ ਮੈਲ ਨਹੀਂ ਲੱਗਦੀ। ਇਹਦੀ ਬਾਤ ਗੁਰੂ ਸਾਹਿਬ ਨੇ ਕੀਤੀ ਹੈ, ਇਹ ਰਹਾਓ ਦਾ ਪਤਾ ਹੈ। ਅਗਾਂਹ ਅਸੀਂ 2 ਨੰਬਰ ਬੰਦ ਤੋਂ ਵਿਚਾਰ ਅੱਜ ਤੋਰਾਂਗੇ ਅੱਗੇ। ਸੱਚਾ ਸ਼ਬਦ ਪਤ ਉਪਜੈ, ਸੱਚੇ ਸੱਚਾ ਨਾਉ। ਸੱਚਾ ਸ਼ਬਦ ਪਤ ਉਪਜੈ, ਪਤ ਕਹਿੰਦੇ ਇੱਜ਼ਤ ਨੂੰ। ਇਹ ਗੁਰੂ ਗ੍ਰੰਥ ਸਾਹਿਬ ਨੇ ਸਿਖਾਇਆ, ਧਰਤੀ 'ਤੇ ਜੀਣਾ ਹੈ ਅਤੇ ਇੱਜ਼ਤ ਨਾਲ ਜੀਓ, ਮਾਣ ਨਾਲ, ਸੈਲਫ ਰਿਸਪੈਕਟ, ਬੰਦੇ ਦੀ ਜਿਹੜੀ ਜਿਹਨੂੰ ਅਸੀਂ ਲਿਵਿੰਗ ਵਿਦ ਡਿਗਨਿਟੀ ਕਹਿੰਦੇ ਹਾਂ, ਦੈਟ ਇਜ਼ ਅਸੈਂਸ਼ੀਅਲ, ਇਹ ਜ਼ਰੂਰੀ ਹੈ। ਜਿੱਥੇ ਬੰਦੇ ਦੀ ਡਿਗਨਿਟੀ ਨਹੀਂ ਹੈਗੀ, ਸੈਲਫ ਰਿਸਪੈਕਟ ਨਹੀਂ ਹੈਗੀ, ਕਾਹਦੀ ਜ਼ਿੰਦਗੀ ਹੈ? ਭਾਰਤੀ ਉਸ ਖਿੱਤੇ ਦੇ ਵਿੱਚ ਜਿੱਥੇ ਸੈਂਕੜੇ ਸੈਂਕੜੇ ਸਾਲਾਂ ਤੋਂ ਲੋਕ ਗੁਲਾਮੀ ਭੋਗ ਰਹੇ ਸੀ, ਉਹਨਾਂ ਵਾਸਤੇ ਇਹ ਬਿਲਕੁਲ ਵਿਜ਼ਨ ਡਿਫਰੈਂਟ ਸੀਗਾ। ਜਦੋਂ ਬਾਬਾ ਨਾਨਕ ਜੀ ਇਹ ਕਹਿੰਦੇ ਨੇ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿ ਚਖਾਏ। ਬੰਦਾ ਕਹਿੰਦਾ ਮੂੰਹ ਨੂੰ ਖਾਣ ਨੂੰ ਮਿਲਣਾ ਚਾਹੀਦਾ, ਹੂ ਕੇਅਰ, ਸਿਰ 'ਤੇ ਪੱਗ ਰਹੇ ਨਾ ਰਹੇ। ਬਾਬਾ ਜੀ ਕਹਿੰਦੇ ਨਾ, ਭਾਵੇਂ ਸੋਨੇ ਦੇ ਚਮਚੇ 'ਚ ਖਾਣ ਨੂੰ ਮਿਲੇ, ਪਰ ਜੇ ਉਸ ਖਾਣ ਵਾਸਤੇ ਬੰਦੇ ਨੂੰ ਆਪਣੀ ਸੈਲਫ ਰਿਸਪੈਕਟ ਅਤੇ ਡਿਗਨਿਟੀ ਨੂੰ ਕੰਪਰੋਮਾਈਜ਼ ਕਰਨਾ ਪੈ ਰਿਹਾ ਨਾ, ਦੈਟ ਇਜ਼ ਨੋਟ ਅ ਲਾਈਫ। ਇਹ ਬਹੁਤ ਜ਼ਰੂਰੀ ਹੈ, ਪੱਤ ਨਾਲ ਜੀਣਾ, ਇੱਜ਼ਤ ਨਾਲ ਜੀਣਾ, ਮਾਣ ਨਾਲ ਜੀਣਾ, ਅਤੇ ਫਿਰ ਆਪਣੇ ਮਾਣ ਨੂੰ ਸਥਾਪਿਤ ਕਰਦਿਆਂ ਹੋਇਆਂ ਦੂਜਿਆਂ ਦੇ ਮਾਣ ਮਨੋਵਰ ਦਾ ਖਿਆਲ ਰੱਖਣਾ, ਇਹੀ ਧਰਤੀ ਦੇ ਉੱਤੇ ਸਹੀ ਰੂਪ ਸਥਾਪਤੀ ਹੋ ਸਕਦੀ ਹੈ। ਅਦਰਵਾਈਜ਼ ਜੇ ਬੰਦਾ ਇਸ ਚੀਜ਼ ਨੂੰ ਨਹੀਂ ਫੋਲੋ ਕਰੇਗਾ, ਅਤੇ ਇੱਕ ਟਾਈਮ ਦਾ ਵਿਕਟਿਮ, ਦੂਜੀ ਟਾਈਮ ਦਾ ਅਬਿਊਜ਼ਰ ਹੈ, ਦੂਜੇ ਟਾਈਮ ਦਾ ਅਬਿਊਜ਼ਰ ਪਹਿਲੇ ਟਾਈਮ ਵਿੱਚ ਵਿਕਟਿਮ ਬਣ ਰਿਹਾ, ਇਹ ਚੀਜ਼ਾਂ ਸਭ ਲਗਾਤਾਰ ਚੱਲਦੀਆਂ ਨੇ, ਇਹੀ ਸੰਸਾਰ ਇਹ ਚੱਲੀ ਜਾਂਦਾ, ਗਿਵ ਐਂਡ ਟੇਕ, ਉਹ ਨਿਆਂ ਦਿੱਤਾ, ਉਹ ਨਿਆਂ, ਤਾਂ ਗੁਰੂ ਸਾਹਿਬ ਨੇ ਸਾਈਕਲ ਤੋੜਿਆ। ਪੱਤ ਨਾਲ ਜੀਣਾ, ਪੱਤ ਨਾਲ ਜਿਉਣ ਦੇਣਾ ਹੈਗਾ, ਇਕੱਲਾ ਜੀਓ ਅਤੇ ਜੀਣ ਦਿਓ ਦਾ ਕੋਨਸੈਪਟ ਨਹੀਂ, ਇੱਜ਼ਤ ਨਾਲ ਜੀਓ ਅਤੇ ਇੱਜ਼ਤ ਨਾਲ ਜੀਣ ਦਿਓ,
ਮਾਨ ਮਨੋਵਰ ਬੰਦੇ ਦਾ ਇਸ 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 ਰੂਪ ਸਥਾਪਿਤ ਰਹਿਣਾ ਚਾਹੀਦਾ। ਇਹ ਤਾਂ ਹੋ ਸਕਦਾ ਹੈ ਜੇ ਬੰਦਾ ਸਪਿਰਚੁਅਲੀ ਕਿਤੇ ਬਹੁਤ ਵੱਡੇ ਆਦਰਸ਼ ਨੂੰ ਮੰਨਦਾ ਹੈ। ਹੁਣ ਸਾਡੇ ਘਰ ਦਾ ਆਦਰਸ਼ ਕੀ ਹੈ? ਅਸੀਂ ਜਦੋਂ ਸੈਕਰੀਫਾਈਸਿਸ ਦੀ ਗੱਲ ਕਰਦੇ ਹਾਂ, ਦੇਰ ਮਸਟ ਬੀ ਸੋ ਮੈਨੀ ਅਦਰ ਐਗਜ਼ਾਮਪਲਸ ਪੀਪਲ ਕੈਨ ਗਿਵ, ਯੂ ਨੋ, ਤੁਹਾਡੇ ਧਰਮ ਵਿੱਚ ਇੰਨੇ ਬੰਦੇ ਨੇ ਕੁਰਬਾਨੀ ਕੀਤੀ, ਸਾਡੇ ਧਰਮ ਵਿੱਚ ਵੀ ਕੁਰਬਾਨੀ ਕੀਤੀ, ਫਲਾਣੇ 'ਚ ਵੀ ਕੀਤੀ, ਫਲਾਣੇ 'ਚ ਕੀਤੀ, ਬਟ ਦੇਰ ਫਿਊ ਸੈਕਰੀਫਾਈਸ, ਦੇਰ ਫਿਊ ਐਕਚੁਅਲੀ ਕਾਇੰਡ ਆਫ ਮਾਰਟਰਸ ਵਿੱਚ ਯੂ ਕੈਨ ਨੋਟ ਈਵਨ ਸਬਸਟੀਟਿਊਟ, ਕੋਈ ਨਹੀਂ ਉਹਨਾਂ ਦਾ, ਦੇਰ ਇਜ਼ ਨੋ ਐਨੀ ਅਦਰ ਐਗਜ਼ਾਮਪਲ, ਦੇ ਦੋਜ਼ ਮਾਰਟਰਸ ਆਰ ਟੋਟਲੀ ਯੂਨੀਕ, ਵਨ ਆਫ ਦੈਮ ਇਜ਼ ਗੁਰੂ ਤੇਗ ਬਹਾਦਰ ਸਾਹਿਬ। ਆਪਣੇ ਲਈ ਤਾਂ ਹਰ ਕੋਈ ਮਰ ਸਕਦਾ ਹੈ, ਲੋਕ ਆਪਣੇ ਲਈ ਵੀ ਨਹੀਂ ਕਈ ਵਾਰੀ ਮਰਦੇ, ਪਰ ਹੋ ਸਕਦਾ ਮਰ ਜੇ ਕੋਈ ਕਿਸੇ ਹੋਰ ਬਿਲੀਵ ਲਈ, ਕਿਸੇ ਹੋਰ ਸਕੂਲ ਲਈ, ਅਤੇ ਉਹ ਸਕੂਲ ਜਿਹੜਾ ਬਿਲਕੁਲ ਉਹਦੀ ਬਰਖਲਾਫ ਉੱਤੇ ਚੱਲ ਰਿਹਾ ਹੋਏ। ਗੁਰੂ ਤੇਗ ਬਹਾਦਰ ਸਾਹਿਬ, ਇਤਨੀ ਵੱਡੀ ਸ਼ਹਾਦਤ, ਪਰ ਇਹ ਸ਼ਹਾਦਤ ਦਾ ਐਕਚੁਅਲੀ ਪਲੋਟ ਕੀ ਹੈ, ਇਹਦਾ ਬੇਸ ਕੀ ਹੈ? ਬੇਸ ਗੁਰੂ ਤੇਗ ਬਹਾਦਰ ਸਾਹਿਬ ਦੇ ਆਪਣੇ ਬਚਨਾਂ 'ਚ ਪੜ੍ਹਦੇ ਹਾਂ, ਬੇਸ ਇਹ ਹੈ, ਭੈ ਕਾਹੂੰ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਨਾ ਡਰ ਦੇਣਾ ਨਾ ਡਰ ਲੈਣਾ, ਨਿਡਰ ਨਿਰਭੈਤਾ, ਪੱਤ ਉੱਥੇ ਆਉਂਦੀ, ਇੱਜ਼ਤ ਉੱਥੇ ਆਉਂਦੀ, ਮਾਣ ਉੱਥੇ ਆਉਂਦਾ ਹੈਗਾ। ਬੰਦਾ ਆਪਣੇ ਤੋਂ ਡਰੇ ਹੋਏ ਨੂੰ ਕਿਉਂ ਮਾਣ ਦਏਗਾ? ਤੇ ਜੇ ਕਿਸੇ ਨੂੰ ਮਾਣ ਦਏ ਕਿਸੇ ਦੇ ਡਰ ਕਰਕੇ, ਤੇ ਜਦੋਂ ਮਾੜਾ ਜਿਹਾ ਡਰ ਸੱਜੇ ਖੱਬੇ ਹੋਇਆ ਤੇ ਫਿਰ ਕੀ ਹੋਏਗਾ? ਸਭ ਤੋਂ ਪਹਿਲਾਂ ਉਹਦਾ ਤਿਰਸਕਾਰ ਕਰੇਗਾ। ਲੋਕ ਕਰਦੇ ਕਈ ਵਾਰੀ, ਆਪਨੇ ਦੇਖਿਆ ਕਈ ਵਾਰੀ ਕੋਈ ਬੌਸ ਆ ਕਿਸੇ ਦਾ, ਉਹ ਆਖੇ ਲੱਗੀ ਜਾਂਦਾ, ਉਹਦੇ ਤੋਂ ਗੱਲ ਮੰਨੀ ਜਾਂਦਾ, ਇੱਕ ਦਿਨ ਕਿਤੇ ਗੱਲ ਬਣਦੀ, ਫਿਰ ਜਾ ਕੇ ਉਹਨੂੰ ਅੱਖਾਂ ਵਿਖਾਉਂਦਾ ਵੀ ਤੈਨੂੰ ਪਤਾ ਇਹ ਕੀ ਹੈ। ਇਹ ਐਕਚੁਅਲੀ ਇਹ ਕੋਈ ਜ਼ਿੰਦਗੀ ਜੀਣ ਦਾ ਤਰੀਕਾ ਨਹੀਂ ਹੈਗਾ। ਸੈਲਫ ਰਿਸਪੈਕਟ, ਇੱਜ਼ਤ, ਮਾਣ, ਇਹ ਤਾਂ ਕਰ ਸਕੋਗੇ ਜੇ ਆਪਣੇ ਆਪ ਦੀ ਪਹਿਲਾਂ ਆਪ ਇੱਜ਼ਤ ਕਰਦੇ ਹੋ, ਉੱਥੇ ਆਪਣੇ ਆਪ ਦਾ ਆਪ ਮਾਣ ਕਰਦੇ ਹੋ। ਬਾਣੀ ਨੇ ਕਿਹਾ ਆਪਣੇ ਆਪ ਨੂੰ ਪਹਿਚਾਣ ਅਤੇ ਮਾਣ। ਦੇਖੋ ਵਡਿਆਈ ਕਿਸੇ ਫੋਕੀ ਚੀਜ਼, ਫੋਕੀ ਉਸ ਰੂਪ ਵਿੱਚ ਨਹੀਂ ਹੁੰਦੇ। ਸਾਡਾ ਅੱਜ ਦਾ ਜਿਹੜਾ ਖਾਸ ਕਰਕੇ ਫੋਕਲੋਰ ਵਗੈਰਾ ਹੈਗਾ ਨਾ, ਲੋਕ ਕਾਫੀ ਆ, ਲੋਕ ਮੁਹਾਜ ਜਿਹੜਾ ਹੈਗਾ, ਇਹ ਬੜਾ ਜਾਤੀ ਸੂਚਕ ਹੈ। ਅਜਾਈ ਬਿਨਾਂ ਵਜ੍ਹਾ, ਮਤਲਬ ਹਵਾ ਖਾਈ ਜਾਣੀ ਅਤੇ ਹਵਾ ਦੇਈ ਜਾਣੀ, ਸਿਰਫ ਜਾਤੀ ਸੂਚਕ ਨਾ ਬੋਲ ਬੋਲ ਕੇ, ਇਹ ਕੋਈ ਗੁਮਾਨ ਥੋੜ੍ਹਾ ਹੈਗਾ। ਇਹ ਸੋਸਾਇਟੀ ਦੀ ਸਭ ਤੋਂ ਰਸਾਤਲ ਵਾਲੀ ਹਾਲਤ ਆ। ਸਿੱਖ ਦਾ ਮਤਲਬ ਸਮਝਦੇ ਹੋ ਤੁਸੀਂ ਕੀ ਹੁੰਦਾ? 20-30-40 ਸਾਲ ਪਿੱਛੇ ਚਲੇ ਜਾਓ, ਹਾਲਾਂਕਿ ਬੀਜ ਨਾਸ਼ ਨਹੀਂ ਹੁੰਦਾ ਕਿਸੇ ਚੀਜ਼ ਦਾ। ਵਟ ਡਜ਼ ਸਿੱਖ ਮੀਨ ਐਗਜੈਕਟਲੀ? ਸਿੱਖ ਮੀਨ ਵਨ ਆਫ ਦਾ ਬੈਸਟ ਐਥਲੀਟਸ ਆਫ ਦਾ ਵਰਲਡ। ਇਹ ਸੱਚ ਹੈ। ਬਹੁਤ ਥੋੜ੍ਹੇ ਜਿਹੇ ਇਨਫਰਾਸਟ੍ਰਕਚਰ ਦੇ ਉੱਤੇ ਸਿੱਖਾਂ ਨੇ ਵਕਤੀ ਤੌਰ 'ਤੇ ਉਹ ਚੀਜ਼ਾਂ ਖੜੀਆਂ ਕੀਤੀਆਂ। ਤੁਸੀਂ ਫੀਲਡ ਹਾਕੀ 'ਚ ਦੇਖੋ, ਤੁਸੀਂ ਹੋਰ ਸਾਰੇ ਦੌਰ 'ਚ ਦੇਖੋ, ਇਹ ਹੈ ਮਾਨ ਇਸ ਚੀਜ਼ ਦਾ ਹੁੰਦਾ। ਫਿਰ ਇਕੱਲਾ ਇੱਥੇ ਹੀ ਨਹੀਂ, ਤੁਸੀਂ ਹੋਰ ਬਹੁਤ ਸਾਰੇ ਏਰੀਆ ਦੇਖੋਗੇ ਜਿਹਦੇ ਵਿੱਚ ਤੁਹਾਨੂੰ ਪਿੱਛੇ ਪਿਛੋਕੜੇ ਚੀਜ਼ਾਂ ਮਿਲਣਗੀਆਂ। ਮੇਰੇ ਇੱਥੇ ਕਿ ਵੀਰ ਜੀ ਹੈਗੇ ਅਤੇ ਉਹਨਾਂ ਦੇ ਅੰਕਲ ਜੀ ਲੱਗਦੇ ਅਤੇ ਉਹ ਆਏ ਇੱਥੇ, ਅਤੇ ਉਹ ਮਰਚੈਂਟ ਨੇਵੀ ਦੇ 'ਚ ਕੈਪਟਨ ਸੀਗੇ। ਅਤੇ ਉਹ ਬਾਈ ਚਾਂਸ ਗੱਲਾਂ ਬਾਤਾਂ ਹੋਣ ਲੱਗੀਆਂ ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਅੰਕਲ ਜੀ ਕਦੋਂ ਦੇ ਕੈਪਟਨਸ਼ਿਪ ਸੰਭਾਲੀ ਹੈ? ਅਤੇ ਉਹ ਕਹਿੰਦੇ ਵੀ ਹੁਣ ਤਾਂ ਹੋ ਗਏ ਉਹਨਾਂ ਨੇ 45 ਸਾਲ। 45 ਸਾਲ ਕਹਿੰਦੇ ਹਾਂ, ਕੋਈ 70 'ਚ ਲੱਗੇ ਸੀ ਉੱਥੇ ਜਾ ਕੇ ਇਸ ਤਰੀਕੇ ਨਾਲ। ਕਮਾਲ ਹੋ ਗਈ। ਕਿਹੜਾ ਡਿਸਟ੍ਰਿਕਟ ਹੈ ਤੁਹਾਡਾ, ਕਿਸ ਦੇ ਰਹਿੰਦੇ ਹੋ? ਕਹਿੰਦੇ ਗੁਰਦਾਸਪੁਰ ਤੋਂ। ਮੈਂ ਠੀਕ ਆ। ਮੈਂ ਗਜਬ ਇਹ ਹੋ ਗਿਆ ਵੀ ਕਮਾਲ ਹੋ ਗਈ, ਨਾ ਗੁਰਦਾਸਪੁਰ ਨੂੰ ਅਤੇ ਨਾ ਕਿਤੇ ਪੰਜਾਬ ਨੂੰ ਸਮੁੰਦਰ ਨਹੀਂ ਲੱਗਦਾ ਨੇੜੇ ਤੇੜੇ, ਅਤੇ ਤੁਸੀਂ ਆਲ ਦਾ ਵੇ ਉੱਥੇ ਕਿਵੇਂ ਪਹੁੰਚ ਗਏ? ਅਤੇ ਉਹ ਕਹਿੰਦੇ ਸੱਚ ਆ, ਹੁਣ ਤਾਂ ਕੁਛ ਘਟਿਆ, ਮਰਚੈਂਟ ਨੇਵੀ 'ਚ ਰਿਹਾ ਮੈਨਾ ਸਾਹਿਬ। ਕਹਿੰਦੇ ਉੱਥੇ ਤਾਂ ਇਹ ਕਹਾਵਤ ਸੀ ਕਿ ਤੁਹਾਨੂੰ ਨਾ ਜੇ ਦੋ ਲੈਂਗੁਏਜ ਆਉਂਦੀਆਂ ਨੇ, ਇੱਕ ਬੰਗਾਲੀ ਅਤੇ ਦੂਜੀ ਪੰਜਾਬੀ, ਅਤੇ ਤੁਸੀਂ ਸ਼ਿਪ 'ਤੇ ਜੋਬ ਕਰ ਸਕਦੇ ਹੋ। ਇੰਨੇ ਲੋਕ ਉੱਥੇ ਸੀਗੇ, ਭਾਵੇਂ ਕੈਪਟਨ ਲੈ ਲਓ, ਇੰਜੀਨੀਅਰ ਲੈ ਲਓ, ਟੈਕਨੀਸ਼ੀਅਨ ਲੈ ਲਓ, ਹਰ ਲੈਵਲ ਦੇ ਵਿੱਚ। ਦੀਜ਼ ਵਰ ਦਾ ਅਚੀਵਮੈਂਟਸ। ਇਹ ਹੈ ਮਾਣ। ਮਾਣ ਉਸ ਰੂਪ ਵਿੱਚ ਹੁੰਦਾ ਹੈ। ਇਹ ਨਹੀਂ ਕਿ ਦੁਨੀਆ ਖਤਮ ਹੋ ਗਈ ਹੈ, ਬੀਜ ਨਾਸ ਹੋ ਗਿਆ ਜਿਵੇਂ ਬਾਤ ਕੀਤੀ। ਅੱਜ ਵੀ ਤੁਸੀਂ ਦੇਖੋ ਟੈਕਸਸ ਦੇ ਵਿੱਚ ਸਾਡੇ ਉਸ ਸਿੰਘ ਨੇ, ਇਸ ਤਰ੍ਹਾਂ ਨਹੀਂ ਮਾਣ ਮਿਲਦਾ। 5 ਸਾਲ ਸਟੈਬਲਿਸ਼ਮੈਂਟ ਨਾਲ ਸਟਰਗਲ ਕੀਤੀ, ਜਾਣਾ ਹੈ ਤੇ ਇਹਦੇ ਨਾਲ ਜਾਣਾ, ਅਦਰਵਾਈਜ਼ ਨਹੀਂ ਜਾਣਾ। ਜੋਬਾਂ ਤਾਂ ਲੋਕ ਰੋਜ਼ ਕਰਦੇ ਨੇ, ਗਿਆ ਤੇ ਫਿਰ ਉਸ ਜਿਹੜੀ ਡਿਗਨਿਟੀ ਨੂੰ ਉਹਨਾਂ ਨੇ ਦਿੱਤਾ,
ਉਹਨੂੰ ਓਨਰ ਕੀਤਾ ਜਨਾਬ, ਉਹਨੂੰ ਰਿਸਪੈਕਟ ਕੀਤੀ ਉਹਦੇ ਕੰਮ ਦੇ ਵਿੱਚ, ਵੇਖ ਲਓ ਹਰ ਜਗ੍ਹਾ 'ਤੇ। ਫਿਰ ਫਾਈਨਲੀ ਜਦੋਂ ਫਿਰ ਉਹ ਆਪਣੀ ਡਿਊਟੀ ਨੂੰ ਫੁਲਫਿਲ ਕਰਦਿਆਂ ਹੋਇਆ ਵਿਦਾ ਵੀ ਹੋਇਆ, ਬਟ ਆਈ ਥਿੰਕ ਤੁਹਾਡਾ ਸਲਿਊਟ ਕਰਨ ਨੂੰ ਜੀ ਨਹੀਂ ਕਰਦਾ। ਹੁਣ ਇਹ ਸਾਡਾ ਫੋਕ ਇੱਥੋਂ ਕਿਉਂ ਨਹੀਂ ਨਿਕਲਦਾ? ਅਨਫੋਰਚੁਨੇਟ ਗੱਲ ਆ। ਇਸ ਤੋਂ ਵੱਡਾ ਤੁਸੀਂ ਹੀਰੋ ਕੀ ਲੱਭੋਗੇ? ਮੇਰੀ ਕੋਈ ਪੋਲੀਟੀਕਲ ਲੈਵਲ 'ਤੇ ਕੋਈ ਉਹ ਨਹੀਂ ਕਿਸੇ ਤਰੀਕੇ ਨਾਲ, ਆਈ ਡੋਂਟ ਹੈਵ ਐਨੀ ਕਾਇੰਡ ਆਫ ਇਨਫੋਰਮੇਸ਼ਨ ਫਰੋਮ ਪੋਲੀਟੀਕਲ ਸਾਈਡ, ਆਈ ਡੋਂਟ ਹੈਵ ਐਨੀ ਪੋਲੀਟੀਕਲ ਇੰਟਰਸਟ ਐਨੀ ਵੇ, ਬਟ ਵਟ ਆਵਰ ਜਗਮੀਤ ਸਿੰਘ ਹੈਜ਼ ਐਕਚੁਲੀ ਸੈਟ ਓਵਰ ਹੇਅਰ, ਵਟ ਡੂ ਯੂ ਥਿੰਕ? ਦੇਖੋ ਤੁਸੀਂ, ਜਿਹੜੀ ਨੇਸ਼ਨ ਦੀ ਸਭ ਤੋਂ ਬੈਸਟ ਜੋਬ ਆ, ਸਭ ਤੋਂ ਵੱਡੀ ਜੋਬ ਆ, ਉਹਦੇ ਲਈ ਇੱਕ ਬੰਦਾ ਉੱਥੇ ਤੱਕ ਗਿਆ। ਤੁਸੀਂ ਆਈਡੈਂਟੀਟੀ ਦੀ ਗੱਲ ਕਰਦੇ ਨਾ, ਅਸੀਂ ਟ੍ਰਿਲੀਅਨ ਡਾਲਰ ਲਗਾ ਕੇ ਵੀ ਇੰਨੀ ਇਸ ਲੈਵਲ ਤੁਸੀਂ ਪਬਲਿਸਿਟੀ ਨਹੀਂ ਲਿਆ ਸਕਦੇ ਇੰਟਰਨੈਸ਼ਨਲ ਲੈਵਲ 'ਤੇ, ਵਟ ਹੀ ਹੈਜ਼ ਡਨ। ਸੋ ਦੀਜ਼ ਆਰ ਦੇਅਰ ਸੋ ਮੈਨੀ ਵੇਜ਼। ਰਿਸਪੈਕਟ ਜਿਹੜੀ ਹੈ, ਸਿੱਖੀ ਨੇ ਕਿਹਾ ਅਰਨ ਕਰੋ, ਆਪਣੀ ਵੀ ਅਤੇ ਦੂਜਿਆਂ ਨੂੰ ਵੀ ਉਸ ਰੂਪ 'ਚ ਦਿਓ, ਇੱਜ਼ਤ ਮਾਨ ਮਨੋਵਰ ਦੇਣਾ ਉਸ ਰੂਪ ਦੇ ਵਿੱਚ। ਪਤ ਦੀ ਗੱਲ ਬਾਣੀ ਨੇ ਵਾਰ ਵਾਰ ਕੀਤੀ ਹੈ, ਬੇਪਤਤਾ ਜਿਹੜੀ ਹੈ ਇਹ ਸਮਾਜ ਵਾਸਤੇ, ਕਿਸੇ ਹਿੱਸੇ ਵਾਸਤੇ ਵੀ ਚੰਗੀ ਨਹੀਂ ਹੈ। ਇੱਜ਼ਤ ਮਾਣ ਸਤਿਕਾਰ ਨਾਲ ਰਹਿਣਾ, ਇੱਜ਼ਤ ਮਾਣ ਸਤਿਕਾਰ ਨਾਲ ਕਿਸੇ ਨੂੰ ਰੱਖਣਾ, ਇੱਥੇ ਜਿਹੜਾ ਬੱਚਨ ਨੇ ਕਿਹਾ ਸੱਚਾ ਸ਼ਬਦ ਪਤ ਉਪਜੈ। ਪਤ ਤੇ ਮੰਨਣੀ ਚਾਹੁੰਦੇ ਹਾਂ ਪਰ ਕਿਵੇਂ ਮਾਨਾਂਗੇ? ਸੱਚਾ ਸ਼ਬਦ ਅਸਲ ਸ਼ਬਦ ਦੇ ਨਾਲ, ਅਸਲ ਗਿਆਨ ਅਸਲ ਸੋਝੀ ਦੇ ਨਾਲ, ਜੀਵਨ ਦੇ ਵਿੱਚ ਉਸ ਰੂਪ ਦੇ। ਅਤੇ ਫਿਰ ਇਹ ਵੀ ਹੈ, ਜਦੋਂ ਬੰਦਾ ਜਿੱਡੇ ਵੱਡੇ ਉੱਚੇ ਲੈਵਲ 'ਤੇ ਲਗਾ ਜਾਂਦਾ ਹੈਗਾ, ਜਿਵੇਂ ਸਪੋਜ਼ ਕਰੋ ਸਿੱਖ ਆਈਡੈਂਟੀ ਹੈਗੀ ਹੈ ਮੇਰੀ, ਅਤੇ ਜਦੋਂ ਮੈਂ ਇਸੇ ਆਈਡੈਂਟੀ ਦੇ ਨਾਲ ਕੋਈ ਮਾੜਾ ਕੰਮ ਕਰਾਂਗਾ ਤਾਂ ਕੀ ਹੋਏਗਾ? ਜਿੰਨਾ ਮਾਣ ਸਤਿਕਾਰ ਆ ਉਸ ਤੋਂ ਕਿਤੇ ਵੱਧ ਤਿਰਸਕਾਰ ਆ, ਕਿਉਂਕਿ ਈਜ਼ੀਲੀ ਪਛਾਣਿਆ ਜਾ ਸਕਦਾ ਨਾ ਦਿਸ ਪਰਸਨ ਹੈਜ਼ ਡਨ ਦੈਟ। ਇਸੇ ਲਈ ਫਿਰ ਲੋਕ ਉਹ ਫਾਇੰਡ ਆਊਟ ਵੀ ਕਰਦੇ ਪਏ ਕਿੱਥੇ ਆ, ਉਹ ਸਪੈਸ਼ਲ ਵੇਖਿਆ ਜਾਂਦਾ ਉਸ ਤਰੀਕੇ ਦੇ ਨਾਲ। ਪਰ ਇਹਦੀ ਜੇ ਬੁਨਿਆਦ ਸੱਚਾ ਸ਼ਬਦ ਕਿਸੇ ਅਲਾਹੀ ਗਿਆਨ ਵਿੱਚੋਂ ਆ ਰਹੀ ਹੈ, ਜਿੱਥੇ ਬੰਦਾ ਅਕਾਊਂਟੇਬਲ ਕਰਦਾ ਆਪਣੀ ਕੌਂਸ਼ੀਅਸ ਨੂੰ ਆਪਣੇ ਉਸ ਅਸੂਲਾਂ ਵਾਲੇ ਪਾਸੇ, ਫਿਰ ਮਹਾਰਾਜ ਕਹਿੰਦੇ ਪਤ ਉਪਜੈ, ਫਿਰ ਪਤ ਉਪਜਦੀ ਹੈ। ਅਤੇ ਉਹ ਪਤ ਦਾ ਲੈਵਲ ਮੈਂ ਤੁਹਾਡੇ ਸਾਹਮਣੇ ਤਵਾਰੀਖ ਵਿੱਚੋਂ ਕਿੰਨਾ ਕੁਝ ਆ ਜਿਹੜਾ ਬਿਆਨ ਕਰ ਸਕਦਾ ਹਾਂ। ਸਿੰਪਲ ਇੱਕ ਐਗਜ਼ਾਮਪਲ ਕਰਦਾ, ਆਪ ਜੀ ਨੇ ਭਾਈ ਤਾਰੂ ਸਿੰਘ ਦੀ ਸ਼ਹਾਦਤ ਸੁਣੀ ਹੋਣੀ, ਕਈ ਵਾਰੀ ਸੁਣੀ ਹੋਣੀ, ਇਸ ਮਹਾਨ ਸੂਰਮੇ ਸਿੱਖ ਦੀ ਸ਼ਹੀਦੀ। ਸਿਰਫ 20-21 ਵਰੇ ਦਾ ਮੁੱਛ ਫੁੱਟ ਗੱਭਰੂ ਸੀ ਅਲੀ, ਬੜੀ ਚੜ੍ਹਦੀ ਉਮਰ 'ਚ, ਮਤਲਬ ਇਹ ਕਹਿ ਲਓ ਕਿ ਅਜੇ ਜਿਹੜੀ ਅਡੋਲਸੈਂਸ ਹੁੰਦੀ ਉਹਦੇ 'ਤੇ ਪੈਰ ਹੀ ਰੱਖ ਰਿਹਾ ਸੀਗਾ, ਦੀ ਸ਼ਹਾਦਤ ਹੋਈ। ਸ਼ਹਾਦਤ ਦਾ ਰੀਜ਼ਨ ਜੇ ਪੜ੍ਹਦੇ ਹਾਂ ਤਵਾਰੀਖ ਵਿੱਚੋਂ ਹਿਸਟੋਰੀਕਲੀ, ਤਾਂ ਰੀਜ਼ਨ ਕੀ ਹੈ? ਰੀਜ਼ਨ ਇਹ ਹੈ ਕਿ ਭੈਣ ਭਰਾ ਸਨ ਦੋਵੇਂ, ਤਾਰ ਕੌਰ ਅਤੇ ਤਾਰੂ ਸਿੰਘ, ਅਤੇ ਫਾਦਰ ਕਿਤੇ ਪਹਿਲਾਂ ਜਿਹੜਾ ਹੈਗਾ ਸੰਘਰਸ਼ ਦੇ ਵਿੱਚ ਉਸ ਰੂਪ ਵਿੱਚ ਆਪਣੀ ਕੁਰਬਾਨੀ ਕਰ ਗਿਆ, ਬੇਵਾ ਮਾਂ ਦੀ ਔਲਾਦ ਨੇ, ਅਤੇ ਪਰ ਸਿੱਖੀ ਜ਼ਹਿਨ ਵਿੱਚ ਵਸੀ ਹੋਈ ਹੈ। ਅਤੇ ਜੇ ਕਿਤੇ ਕੋਈ ਆਲੇ ਦੁਆਲੇ ਕਿਤੇ ਜੰਗਲ ਵੇਲੇ 'ਚ ਪਤਾ ਲੱਗਦਾ ਕੋਈ ਸਿੱਖ, ਕੋਈ ਸਿੱਖਾਂ ਦਾ ਜਥਾ ਨੰਗਿਆ, ਕੋਈ ਕਿਉਂਕਿ ਸਿੱਖਾਂ ਨੂੰ ਸਰਵਾਈਵਲ ਦਾ ਪ੍ਰੋਬਲਮ ਸੀ, ਕਾਨੂੰਨ ਨੇ ਇਹਨਾਂ ਨੂੰ ਬਾਗੀ ਗਰਦਾਨ ਦਿੱਤਾ ਸੀਗਾ ਹਕੂਮਤ ਦੇ ਦੁਸ਼ਮਣ, ਅਤੇ ਉਹਨਾਂ ਨੂੰ ਜਾ ਕੇ ਕੋਈ ਪ੍ਰਸ਼ਾਦਾ ਪਾਣੀ ਪਹੁੰਚਾ ਆਉਣਾ ਕੋਈ ਇਸ ਰੂਪ ਦੇ ਵਿੱਚ, ਅੱਜ ਦੇਰ ਰਾਤ ਸਿੱਖਾਂ ਦੇ ਕਿਸੇ ਜਥੇ ਨੂੰ ਪ੍ਰਸ਼ਾਦਾ ਛਕਾ ਕੇ ਮੁੱਠੀ ਚਾਪੀ ਕਰਕੇ ਅਤੇ ਵਾਪਸ ਪਰਤ ਰਿਹਾ, ਵਾਪਸ ਪਰਤ ਰਿਹਾ। ਹਨੇਰਾ ਸਮਾਂ ਹੈ, ਹਨੇਰੇ 'ਚ ਜਾਂਦਿਆਂ ਹੋਇਆ ਰਸਤੇ ਦੇ 'ਚ ਇੱਕ ਸ਼ਖਸ ਉਂਘਦਾ ਹੋਇਆ ਰੋਂਦਾ ਹੋਇਆ ਜਾ ਰਿਹਾ, ਜਿਹੜਾ ਰੋਂਦਾ ਹੋਇਆ ਉਂਘਦਾ ਹੋਇਆ ਸ਼ਖਸ ਜਾ ਰਿਹਾ, ਇਹਦੀ ਆਵਾਜ਼ ਕੰਨਾਂ 'ਚ ਪੈਂਦੀ ਹੈ, ਨਾਲੇ ਬੋਲ ਪੈਂਦੇ ਨੇ, ਉਹ ਖੁਦਾਇਆ, ਉਹ ਰੱਬਾ, ਉਹ ਕਦੀ ਕਿਸੇ ਗਰੀਬ ਨੂੰ ਧੀ ਨਾ ਦੇਈ ਹੋਏ, ਉਹ ਜੇ ਕਿਸੇ ਗਰੀਬ ਨੂੰ ਧੀ ਦਏ, ਉਹ ਖੁਦਾਇਆ, ਉਹ ਜ਼ਰੂਰ ਪੁੱਤ ਜ਼ਰੂਰ ਦਈ ਹੈ, ਇਸ ਕਿਸਮ ਦੇ ਨਾਲ ਰੋ ਰਿਹਾ। ਆਵਾਜ਼ ਸੁਣੀ, ਜਾ ਕੇ ਮੋਢੇ 'ਤੇ ਹੱਥ ਰੱਖਿਆ, ਕੌਣ ਹੈ ਭਾਈ, ਕਿਉਂ ਰੋ ਰਹੇ ਹੈ, ਖੁਦਾ 'ਤੇ ਕਿਉਂ ਇਤਰਾਜ਼ ਕਰ ਰਹੇ, ਗੱਲ ਕੀ ਹੈ? ਪਤਾ ਲੱਗਾ ਆਪਣੇ ਹੀ ਪਿੰਡ ਦਾ ਗਰੀਬ ਮਾਛੀ ਹੈ, ਪਾਣੀ ਭਰਨ ਵਾਲਾ, ਜਿਹੜੇ ਮਸ਼ਕਾਂ ਢੋਂਦੇ ਨੇ, ਜਿਹਨਾਂ ਨੂੰ ਕੁਝ ਇਲਾਕਿਆਂ 'ਚ ਮਹਿਰੇ ਵੀ ਕਹਿਤਾ ਜਾਂਦਾ ਹੈ, ਮੁਸਲਮਾਨ ਹੈ। ਕੀ ਹੋਇਆ, ਕਿਉਂ ਰੋ ਰਿਹਾ, ਬਾਤ ਕੀ ਹੈ, ਕਿਉਂ ਕਹਿ ਰਿਹਾ ਫਿਰ ਬਾਰ ਧੀ ਨਾ ਦੇਈ ਕਿਸੇ ਨੂੰ? ਦੱਸੀ, ਇਲਾਕੇ ਦਾ ਹਾਕਮ ਮੇਰੀ ਬੱਚੀ ਨੂੰ ਮਰਜ਼ੀ ਤੋਂ ਬਿਨਾਂ ਉਧਾਲ ਕੇ ਲੈ ਗਿਆ, ਚੁੱਕ ਕੇ ਲੈ ਗਿਆ, ਮੇਰੀ ਪੇਸ਼ਗੋਈ ਨਹੀਂ ਗਈ।
ਬੜਾ ਰੋਇਆਂ ਵਰਲਾਪਿਆਂ ਜਾ ਕੇ ਕਿਸੇ ਨੇ ਗੱਲ ਨਹੀਂ ਸੁਣੀ। ਹੁਕਮਰਾਨਾਂ ਤੋਂ ਉੱਪਰ ਤੱਕ ਗਿਆ, ਮੁਸਲਮਾਨੀ ਰਾਜ ਹੈ, ਮੁਸਲਮਾਨ ਬੰਦਾ, ਮੁਸਲਮਾਨ ਦੀ ਧੀ, ਇੱਕ ਮੁਸਲਮਾਨ ਹਾਕਮਾਂ ਦਾ ਜਿਹੜਾ ਅਹਿਲਦਾਰ ਉਹ ਚੱਕ ਕੇ ਲੈ ਗਿਆ। ਦੈਟ ਇਜ਼ ਬਲੈਕ ਐਂਡ ਵਾਈਟ ਹਿਸਟਰੀ, ਇਟਸ ਨੋਟ ਅ ਸਟੋਰੀ, ਇਟਸ ਨੋਟ ਅ ਫਿਲਮੀ ਕਹਾਣੀ ਨਹੀਂ ਹੈ ਕੋਈ। ਜਦੋਂ ਇਹ ਗੱਲ ਹੋਈ, ਭਾਈ ਤਾਰੂ ਸਿੰਘ ਨੇ ਬਾਤ ਸੁਣੀ, ਕਹਿਣ ਲੱਗਾ, ਬਾਬਾ ਖੁਦਾ 'ਤੇ ਕਾਹਦਾ ਇਤਰਾਜ਼ ਕਰਦਾ ਹਾਂ, ਇਹ ਤਾਂ ਬੰਦਿਆਂ ਦੇ ਅਮਲ ਨੇ। ਬਾਕੀ ਇਹ ਹੈ, ਖੁਦਾ ਦੇ ਘਰ ਨਾ ਦੇਰ ਹੈ ਨਾ ਨੇਰ ਹੈ, ਜਾ ਤੈਨੂੰ ਨਾ ਪਲਿਆ ਪਲਾਇਆ ਖੁਦਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਦੇ ਦਿੱਤਾ ਹੈ, ਉਹ ਤੇਰੀ ਧੀ ਨਹੀਂ ਮੇਰੀ ਭੈਣ ਹੈ। ਉੱਥੋਂ ਹੀ ਵਾਪਸ ਉਹਨੂੰ ਲੈ ਕੇ ਤੁਰ ਪਿਆ ਜਿਹਦੇ ਜਥੇ ਕੋਲੋਂ, ਉਹਨਾਂ ਨੂੰ ਜਾ ਕੇ ਕਹਿੰਦਾ ਨੇਰ ਹੋਇਆ, ਜ਼ੁਲਮ ਹੋਇਆ, ਦੇਖੋ। ਉਸੇ ਵਕਤ ਹੀ ਉਹਨਾਂ ਨੇ ਆਪਣੀਆਂ ਜਿਹੜਾ ਹੈਗਾ ਘੋੜੇ ਦੀ ਕਾਠੀਆਂ 'ਤੇ ਉਹਨਾਂ ਨੇ ਪੌੜ ਰੱਖੇ ਨੇ, ਉਸ ਪੈਰ ਰੱਖੇ ਨੇ, ਅਤੇ ਉਹਨਾਂ ਨੇ ਜਾ ਉਸ ਹਾਕਮ ਨੂੰ ਘੇਰਿਆ, ਇਸ ਮੁਸਲਮਾਨ ਮਾਛੀ ਦੀ ਅਬਲਾ ਧੀ ਨੂੰ ਇਹਨੂੰ ਛੁਡਾ ਕੇ ਲਿਆ। ਇਹਦੇ ਵਿੱਚ ਜਿਹੜਾ ਗੁਨਾਹ ਬਣਿਆ ਤਾਰੂ ਸਿੰਘ ਦਾ, ਗੁਨਾਹ ਇਹ ਬਣਿਆ ਵੀ ਹਾਕਮ ਜਿਹੜਾ ਇਸ ਕਿਸਮ ਦਾ ਜ਼ਾਲਮ ਆ, ਉਹਦੇ ਜਬਾੜੇ ਦੇ ਵਿੱਚੋਂ ਕਿਸੇ ਗੁਰਬਤ ਗਰੀਬੀ ਦੇ ਮਾਰੇ ਹੋਏ ਇਸ ਰਿਆਇਆ ਦੇ ਬੰਦੇ ਦੀ ਬੋਟੀ ਕਿਵੇਂ ਇਹਨੇ ਕਢਾ ਦਿੱਤੀ, ਉਹ ਜਬਾੜੇ ਨੂੰ ਕਿਵੇਂ ਇਹਨੇ ਜ਼ੋਰ ਲਾ ਖਿਲਾ ਦਿੱਤਾ। ਇਹ ਫਿਰ ਲਾਹੌਰ ਤੱਕ ਤਾਰਾਂ ਖੜਕਦੀਆਂ ਵੀ ਆਹ ਸਾਰੀ ਬਾਤ ਹੋਈ ਹੈ। ਫਿਰ ਕਹਿੰਦੇ ਕੋਈ ਨਾ, ਇਹ ਕਿਵੇਂ ਹੋ ਸਕਦਾ, ਐਸਟੈਬਲਿਸ਼ਮੈਂਟ ਦੇ ਖਿਲਾਫ ਕੋਈ ਬੰਦਾ ਕੰਮ ਕਰੇਗਾ, ਅਰੈਸਟ ਕਰਕੇ ਲਿਆਓ। ਅਰੈਸਟ ਕਰਨ ਲਈ ਪਿੰਡ ਆਏ ਤੇ ਸਾਰਾ ਮੁਸਲਮਾਨ ਨਿਕਲ ਕੇ ਬਾਹਰ ਆ ਗਿਆ। ਪੱਤ ਦੇਖੋ, ਪੱਤ ਕੀ ਹੁੰਦੀ ਹੈ, ਇੱਜ਼ਤ ਕੀ ਹੁੰਦੀ ਹੈ, ਨੋ ਵੇ, ਤੁਸੀਂ ਹੱਥ ਨਹੀਂ ਲਾ ਸਕਦੇ। ਅਖੀਰ ਜਿਹੜਾ ਦਰੋਗਾ ਫੜਨ ਲਈ ਲੈ ਕੇ ਗਿਆ ਪੂਰੀ ਕੁਮਕ ਫੌਜ ਦੀ, ਉਹਨੇ ਪਿੰਡ ਦੀ ਪੰਚਾਇਤ ਨੂੰ ਇਸ ਗੱਲ ਦੇ ਉੱਤੇ ਤਸੱਲੀ ਦਿੱਤੀ ਹੈ ਕਿ ਸਿਰਫ ਸੂਬੇਦਾਰ ਨੇ ਮਿਲਣਾ ਆਇਆ ਇਹਨੂੰ, ਬਸ ਦੇਖਣਾ ਆਇਆ ਇਹਨੂੰ, ਹੋਰ ਕੁਛ ਨਹੀਂ ਹੈਗਾ, ਅਤੇ ਮੇਰੀ ਡਿਊਟੀ ਹੈ, ਮੈਨੂੰ ਜੋਬ ਕਰਨੀ ਪੈਣੀ ਹੈ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਉਹਨੂੰ ਮਿਲਾ ਕੇ ਵਿਖਾ ਕੇ ਵਾਪਸ ਲੈ ਆਵਾਂਗਾ। ਇਹ ਫੇਕ ਪ੍ਰੋਮਿਸ ਕਰਕੇ ਫਿਰ ਲੈ ਕੇ ਗਿਆ ਇੱਥੋਂ, ਅਤੇ ਜਾ ਕੇ ਉਹਨੇ ਜਦੋਂ ਸਾਰੀ ਰਿਪੋਰਟ ਕੀਤੀ ਨਾ ਸੂਬੇਦਾਰ ਨੂੰ, ਉਹਨੂੰ ਉਦੋਂ ਹੀ ਫਿਰ ਵੱਟ ਚੜ ਗਿਆ। ਉਹ ਕਹਿੰਦਾ ਅੱਧ ਹੋ ਗਈ, ਇਹ ਸਿੱਖ ਇੰਨੀ ਇੱਜ਼ਤ, ਉਹ ਵੀ ਮੁਸਲਮਾਨ ਸਾਡੇ ਲੋਕਾਂ ਦੁਆਰਾ। ਉਹਨੂੰ ਫਿਰ ਸਰੂਪ ਤੋਂ ਹੀ ਨਫ਼ਰਤ ਹੋ ਗਈ, ਉਹ ਕਹਿੰਦਾ ਤਾਂ ਸਰੂਪ ਹੀ ਬੇਸੂਰਤ ਕਰ ਦੇਣਾ ਹੈਗਾ। ਫਿਰ ਹੁਕਮ ਹੋਇਆ ਇਹਦੇ ਵਾਲ ਕੱਟੋ, ਇੱਥੋਂ ਬਾਤ ਸ਼ੁਰੂ ਹੋਈ। ਐਕਚੁਅਲ ਲੈਵਲ 'ਤੇ ਜਿਹੜੀ ਪੱਤ ਆ, ਇਹ ਬੰਦੇ ਦਾ ਅਮਲ ਸਥਾਪਿਤ ਕਰਦਾ। ਆਪਾਂ ਦੇਖੀਏ, ਜਿਹੜੀ ਸਿੱਖੀ ਸਰੂਪ ਦੀ ਗੱਲ ਕਰਦੇ ਹਾਂ, ਮਾਫ਼ੀ ਮੰਗਾਂਗਾ, ਪਰ ਗੁਰਬਾਣੀ ਸਾਹਮਣੇ ਹੈ, ਬਚਨ ਹੈ, ਸੱਚਾ ਸ਼ਬਦ ਪੱਤ ਉਪਜੈ। ਅੱਜ ਅਸੀਂ ਸੋਸਾਇਟੀ ਵਿੱਚ ਬਹੁਤ ਵਿਜ਼ੀਬਲ ਹਾਂ, ਈਜ਼ੀਲੀ ਵਿਜ਼ੀਬਲ ਹਾਂ, ਅਤੇ ਖਾਸ ਕਰਕੇ ਇਸ ਸੋਸਾਇਟੀ ਦੇ ਵਿੱਚ ਬਹੁਤ ਸਾਰੀਆਂ ਅਪੋਰਚੁਨਿਟੀਜ਼ ਨੇ, ਅਸੀਂ ਅਵੇਲ ਕਰਦੇ ਹਾਂ ਅਤੇ ਕਰ ਸਕਦੇ ਹਾਂ ਅਤੇ ਕਰਨੀਆਂ ਚਾਹੀਦੀਆਂ ਨੇ। ਅੱਜ ਸਿੰਪਲ ਲੈਵਲ 'ਤੇ ਬਾਤ ਕਰਦਾ ਹਾਂ, ਖੁੱਲ੍ਹਾ ਮੁਲਕ ਆ, ਵੱਡੇ ਵੱਡੇ ਹਾਈਵੇ ਰੋਡ ਬਣੇ ਨੇ, ਅਤੇ ਆਲਮੋਸਟ ਐਵਰੇਜ ਲੈਵਲ 'ਤੇ ਇੱਕ ਐਵਰੇਜ ਨੌਰਥ ਅਮੈਰੀਕਨ ਹਫ਼ਤੇ ਦਾ ਅਰਾਊਂਡ 300 ਤੋਂ 500 ਕਿਲੋਮੀਟਰ ਜਿਹੜਾ ਹੈਗਾ ਉਹ ਡਰਾਈਵ ਕਰਦਾ ਹੈ ਵੀਕਲੀ। ਇਟਸ ਛੋਟਾ ਨੰਬਰ ਨਹੀਂ ਹੈਗਾ, ਬਹੁਤ ਵੱਡਾ ਨੰਬਰ ਹੈ। ਇੰਨਾ ਸਮਾਂ ਲੋਕ ਕਹਿੰਦੇ ਨੇ ਉਨਾ ਸਮਾਂ ਘਰਾਂ 'ਚ ਨਹੀਂ ਬਤੀਤ ਕਰਦੇ ਜਿੰਨਾ ਸਮਾਂ ਉਹ ਵਹੀਕਲਸ ਵਿੱਚ ਬਤੀਤ ਕਰਦੇ ਨੇ। ਇਸੇ ਕਰਕੇ ਸਭ ਤੋਂ ਵੱਡੀ ਮਾਰਕੀਟ ਇੱਥੇ ਵਹੀਕਲ ਮਾਰਕੀਟ ਆ, ਗੱਡੀਆਂ ਟਰੱਕ ਸਭ ਆਲ। 10 ਵਿੱਚੋਂ ਗਾਲਬਨ 7 ਜੋਬਾਂ ਜਿਹੜੀਆਂ ਨੇ ਉਹ ਟਰਾਂਸਪੋਰਟੇਸ਼ਨ ਨਾਲ ਰਿਲੇਟਡ ਨੇ, ਭਾਵੇਂ ਉਹ ਬਣਾਉਣ ਵਾਲਿਆਂ ਮੈਨੂਫੈਕਚਰਿੰਗ ਹੋ ਰਹੀ ਹੈ, ਭਾਵੇਂ ਉਹ ਜਿਹੜਾ ਹੈਗਾ ਇਹ ਸਾਰੇ ਸਭ ਇਸ ਰੂਪ ਦੇ ਵਿੱਚ ਆ। ਇਤਨੀ ਵੱਡੀ ਸਾਰੀ ਸਾਰਾ ਇੰਡਸਟਰੀ ਇਸ ਲੈਵਲ 'ਤੇ ਖੜੀ, ਇਹ ਸਭ ਨੂੰ ਤੁਸੀਂ ਦੇਖੋਗੇ। ਇਹਦੇ 'ਚ ਅੱਜ ਅਸੀਂ ਜਿਸ ਲੈਵਲ 'ਤੇ ਦੇਖ ਰਹੇ ਹਾਂ, ਅਤੇ ਜਿਹੜੇ ਪ੍ਰੋਫੈਸ਼ਨਲ ਸਾਡੇ ਖਾਸ ਕਰਕੇ ਜਿਹੜੇ ਵਹੀਕਲ ਮੂਵ ਕਰ ਰਹੇ ਨੇ ਉਹਨਾਂ ਦੇ ਵਿੱਚ, ਜੇ ਮੈਂ ਗਲਤ ਨਹੀਂ ਗਾ, ਤਾਂ ਮੇਰੇ ਖਿਆਲ 'ਚ ਹਰ ਇੱਕ 5ਵਾਂ ਜਾਂ 6ਵਾਂ ਜਿਹੜਾ ਡਰਾਈਵਰ ਹੈ ਸਾਡਾ ਪੰਜਾਬੀ ਸਮਾਜ ਨਾਲ ਜੁੜਿਆ ਹੋਇਆ ਬੰਦਾ ਬਣ ਰਿਹਾ। ਹੁਣ ਉੱਥੇ ਜੇ ਕੁਛ ਵੀ ਕਰਨਾ ਹੈਗਾ, ਦੇਖੋ ਸਮਾਜ ਵਿੱਚ ਕੋਈ ਕਾਰਜ ਵੀ ਕਰਨਾ ਆ, ਅਤੇ ਉਹਦੇ ਅੰਦਰ 100% ਐਫਰਟ ਪਾਓ। ਇਹਦੇ ਲਈ ਸਭ ਤੋਂ ਪਹਿਲੀ ਚੀਜ਼ ਕਿਹੜੀ ਹੁੰਦੀ ਹੈ? ਸੇਫਟੀ। ਸੇਫਟੀ ਇਜ਼ ਮਸਟ ਇਹਨਾਂ ਮੁਬਾਲਿਕ ਦੇ ਵਿੱਚ। ਗਾਹੇ ਬਗਾਹੇ ਜਦੋਂ ਅਸੀਂ ਐਵੇਂ ਦੀ ਖਬਰ ਸੁਣਦੇ ਹਾਂ,
ਮੈਂ ਤਾਂ ਖੁਦ ਸੀ ਐੱਸ ਸੀ ਨਾਲ ਕੰਮ ਕਰਦਾ ਹਾਂ, ਕਰੈਕਸ਼ਨਲ ਸਰਵਿਸਿਜ਼ ਦੇ ਨਾਲ। ਲੋਕਾਂ 'ਤੇ ਚਾਰਜਸ ਲੱਗਦੇ, ਲੋਕਾਂ ਦੇ ਲਾਇਸੈਂਸ ਜਾਂਦੇ, ਲੋਕਾਂ ਨੂੰ ਮੁਕੱਦਮੇਬਾਜ਼ੀ ਜਾਣਾ ਪੈਂਦਾ, ਐਂਡ ਆਫ ਦ ਡੇ ਉਹਨਾਂ ਨੂੰ ਜੇਲ੍ਹਾਂ ਹੁੰਦੀਆਂ, ਐਂਡ ਆਈ ਹੈਵ ਸੀਨ ਐਵਰੀਥਿੰਗ। ਇਸ ਸਾਰੇ ਦੇ ਵਿੱਚ ਇਹ ਹੈ ਕਿ ਜਿਹੜਾ ਸਾਡਾ ਸਰੂਪ ਆ ਬੜਾ ਵਿਜ਼ੀਬਲ ਆ, ਅਸੀਂ ਇਹਦੀ ਰਿਸਪੈਕਟ ਵੀ ਇਸਟੈਬਲਿਸ਼ ਕਰ ਸਕਦੇ ਹਾਂ, ਅਸੀਂ ਡਿਸਰਿਸਪੈਕਟ ਵੀ ਇਸਟੈਬਲਿਸ਼ ਕਰ ਸਕਦੇ। ਐਵਰੀਥਿੰਗ ਇਜ਼ ਇਨ ਆਵਰ ਓਨ ਹੈਂਡ। ਜੇ ਆਪਾਂ ਇੱਥੇ ਬਾਤ ਕਰੀਏ, ਸੱਚਾ ਸ਼ਬਦ ਪੱਤ ਉਪਜੈ, ਸੱਚੇ ਹੁਕਮ ਨੂੰ ਮੰਨੋ, ਸੱਚੇ ਹੁਕਮ ਨੂੰ ਮੰਨਣਾ, ਸੱਚੇ ਸ਼ਬਦ ਨੂੰ ਮੰਨਣਾ, ਸਚਿਆਰ ਹੋਣਾ, ਸਹੀ ਰਾਹ ਚੂਜ਼ ਕਰੋ, ਪੂਰੇ ਪ੍ਰੈਕਟੀਕਲ ਹੋ ਜਾਓ, ਓਨੈਸਟ ਹੋ ਜਾਓ, ਚੀਜ਼ਾਂ ਬਣਦੀਆਂ ਲੱਗੀਆਂ ਜਾਣਗੀਆਂ। ਸਾਨੂੰ ਕਈ ਵਾਰੀ ਕਾਲਾਪਨ ਬੜਾ ਸਤਾਉਂਦਾ ਹੈ, ਕਾਲੇਪਨ ਕਰਕੇ ਲੋਕ ਸੋਚਦੇ ਵੱਧ ਬਣਾ ਲਈਏ, ਜ਼ਿਆਦਾ ਬਣਾ ਲਈਏ, ਅਤੇ ਕਾਲੇ ਬਣਾਉਣ ਵਾਲੇ, ਜ਼ਿਆਦਾ ਬਣਾਉਣ ਵਾਲੇ, ਮੈਂ ਸਾਡੇ ਕੋਲ ਉਸ ਲੈਵਲ 'ਤੇ ਪ੍ਰਾਈਵੇਸੀ ਹੁੰਦੀ, ਅਦਰਵਾਈਜ਼ ਬੜੇ ਇਹੋ ਜਿਹੇ ਯੰਗ ਬੱਚੇ ਨੇ ਮੇਰੇ ਕੋਲ ਜਿਹੜੇ ਕਨਫੈਸ਼ਨ ਕਰਨ ਨੂੰ ਤਿਆਰ ਨੇ ਸਟੇਜਿਸ 'ਤੇ ਆ ਕੇ ਖੜ੍ਹੇ ਹੋ ਕੇ। ਵੀ ਸਾਨੂੰ ਸੀਗਾ ਵੀ ਓਵਰ ਨਾਈਟ 2 ਮਿਲੀਅਨ ਬਣਾ ਲੈਂਦੇ, ਮੈਂ ਐਂਡ ਅਪ ਕਿੱਥੇ ਹੋਏ, ਸਾਰਨੀਆਂ ਬਾਰਡਰ ਪ੍ਰਿਜ਼ਨ ਦੇ ਵਿੱਚ ਐਂਡ ਅਪ ਕਿੱਥੇ ਹੋਏ, 18 ਸਾਲਾਂ ਵਾਸਤੇ ਮੁੜ ਕੇ ਸਭ ਕੁਝ ਜਾਂਦਾ ਲੱਗਾ, ਜਿਹੜਾ ਮਾਣ ਸਤਿਕਾਰ ਗਿਆ ਉਹ ਤਾਂ ਆਉਣਾ ਹੀ ਨਹੀਂ ਕਦੀ ਵਾਪਸ, ਜ਼ਿੰਦਗੀ ਵੀ ਗਈ। ਇਹ ਸਭ ਚੀਜ਼ਾਂ, ਇਹ ਹੈ ਸੱਚਾ ਸ਼ਬਦ, ਰਿਐਲਿਟੀ ਵਿੱਚ ਦੇਖ। ਦੇਖੋ ਅਲਟੀਮੇਟਲੀ ਜ਼ਿੰਦਗੀ ਜਿਉਣਾ ਅਤੇ ਇਸ ਤਰੀਕੇ ਨਾਲ ਜਿਉਣਾ ਕਿ ਬੰਦੇ ਨੂੰ ਉਹਦੇ 'ਚੋਂ ਆਪ ਨੂੰ ਸੁੱਖ ਮਿਲੇ, ਆਲੇ ਦੁਆਲੇ ਨੂੰ ਸੁੱਖ ਮਿਲੇ, ਦੈਟ ਇਜ਼ ਵੈਰੀ ਇੰਪੋਰਟੈਂਟ। ਇਹੀ ਗੁਰੂ ਸਾਹਿਬ ਨੇ ਸਿਖਾਇਆ ਸੀਗਾ। ਬਾਕੀ ਮਾਇਆ ਸਰਮਾਇਆ ਆ, ਅਸੀਂ ਬਾਣੀ ਤੱਕ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਕਿ ਚੇਤੇ ਰੱਖੀ ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ, ਰਾਹ ਠੀਕ ਹੋਏ ਪੂਰਾ ਜਹਾਨ ਵਡਿਆਈ ਕਰਨ ਵਾਸਤੇ ਆ ਜਾਏਗਾ, ਉਸਤਤ ਕਰਨ ਵਾਸਤੇ ਆ ਜਾਏਗਾ। ਬਾਣੀ ਨੇ ਕਿਹਾ ਕੁਝ ਗੁਣ ਆਪਣੇ 'ਚ ਪੈਦਾ ਕਰ, ਅਸੀਂ ਕਿੰਨੀ ਵਾਰੀ ਇਹ ਸ਼ਬਦ ਪੜ੍ਹਿਆ ਹੈਗਾ। ਮਹਾਰਾਜ ਕਹਿੰਦੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਹਲੀਮੀ, ਸ਼ੋ ਆਫ ਕਾਹਦੇ ਲਈ ਕਰਨਾ, ਵਿਖਾਵੇਬਾਜ਼ੀ ਕਾਹਦੇ ਲਈ ਕਰਨੀ, ਮਿੱਠਤ ਜ਼ਬਾਨ 'ਚ ਮਿਠਾਸ, ਗੁਣ ਪੈਦਾ ਕਰੋ ਆਪਣੇ ਵਿੱਚ, ਕਾਬਲੀਅਤ ਪੈਦਾ ਕਰੋ, ਫਿਰ ਇਸ ਸਾਰੇ ਦੇ ਨਾਲ ਇੱਕ ਰੰਗ 'ਚ ਅਗਲੇ 'ਚ ਆ ਜਾਓ। ਉਹ ਰੰਗ ਇਹ ਹੈ ਕਰਤਾਰ 'ਤੇ ਭਰੋਸਾ। ਲੋਕੀ ਤਾਂ ਇਹੋ ਜਿਹੇ ਸ਼ਬਦ ਅੱਜ ਮੋਟੀਵੇਸ਼ਨਲ ਸਪੀਕਰਾਂ ਕੋਲ ਜਾਂਦੇ, ਕਿੰਨੀਆਂ ਚੀਜ਼ਾਂ ਸੁਣਦੇ ਪੜ੍ਹਦੇ, ਫਿਰ ਸੋਚਦੇ ਸ਼ਾਇਦ ਕੋਈ ਸਾਨੂੰ ਕੋਈ ਐਵੇਂ ਦਾ ਮੰਤਰਾ ਦੇ ਦੇ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਮੋਟੀਵੇਟ ਕਰ ਸਕੀਏ। ਐਂਡ ਵਟ ਆ ਗ੍ਰੇਟੈਸਟ ਗੁਰੂ ਗ੍ਰੰਥ ਸਾਹਿਬ ਬਾਣੀ ਵੀ ਹੈ, ਇੱਕ ਸ਼ਬਦ ਪੜ੍ਹ ਲਓ, ਸ਼ਬਦਾਂ ਸ਼ਬਦ ਪਏ ਨੇ ਪਰ ਇੱਕ ਪਦ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਇਸ ਤੋਂ ਵੱਡੀ ਮੋਟੀਵੇਸ਼ਨ ਕੀ ਲੱਭੋਗੇ। ਵੀ ਜੇ ਕਰਤਾਰ ਮੇਰੇ ਅੰਗ ਸੰਗ ਹੈ, ਉਹ ਮੇਰੇ ਨਾਲ ਹੈ, ਮਨਾ ਘਬਰਾਉਣਾ ਕਿਉਂ ਹੈ ਫਿਰ ਜਦੋਂ ਉਹ ਅੰਗ ਸੰਗ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੂੰਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜਦੋਂ ਮੇਰੀ ਤੇਰੇ ਨਾਲ ਐਸੋਸੀਏਸ਼ਨ ਹੋ ਗਈ, ਫਿਰ ਤਾਂ ਸਭ ਕੁਝ ਹੀ ਮੇਰੇ ਘਰ ਆ ਜਾਏਗਾ, ਫਿਰ ਕਾਹਦੀ ਕਮੀ ਰਹਿ ਜਾਏਗੀ। ਇਹ ਜਿਹੜੀ ਬਾਤ ਹੈ ਜਿਹਨੂੰ ਸਾਡੇ ਗਜ਼ਲ ਗੋ ਭਾਈ ਸਾਹਿਬ ਭਾਈ ਨੰਦ ਲਾਲ ਜੀ ਬਿਆਨ ਕਰਦੇ, ਚੇਤੇ ਰੱਖੀ ਉਸ ਕਾਦਰ ਦੀ ਖਬਰ ਦੇਣ ਵਾਲੇ ਗੁਰੂ ਨਾਲ ਜੁੜੇਗਾ। ਦਿਨ ਦੁਨੀਆ ਦਰਕ ਮੰਦੇ ਆਪੁਰੀ ਰੁਖਸਾਰ ਮਾਂ, ਕੀ ਦੀਨ ਤੇ ਕੀ ਦੁਨੀਆ, ਤੂੰ ਇੱਕ ਵਾਰ ਆਪਣੇ ਗੁਰੂ ਦੇ ਉਸ ਦੀਦਾਰ ਦਾ ਪੱਲਾ ਤੇ ਹਟਾ, ਉਸ ਪਾਸੇ ਚੱਲ ਤੇ ਸਹੀ, ਆਪਣੇ ਆਪ ਨੂੰ ਜੋੜ, ਤੇਰਾ ਹਰ ਤਰੀਕੇ ਨਾਲ ਦਾਮਨ ਝੋਲੀ ਭਰ ਜਾਏਗੀ ਤੇਰੀ। ਤੇ ਇਹ ਵੀ ਸੱਚ ਹੈ, ਜਿਹੜੇ ਇਸ ਵਿਸ਼ਵਾਸ 'ਚ ਅਗਾਂਹ ਵਧੇ ਨੇ ਉਹਨਾਂ ਨੂੰ ਮਾਲਕ ਨੇ ਕਿਸੇ ਪੱਖ ਤੋਂ ਕਮੀ ਨਹੀਂ ਛੱਡੀ। ਪਰ ਇਹ ਸੱਚਾ ਸ਼ਬਦ ਹੈ, ਸਹੀ ਉਪਦੇਸ਼ ਗਿਆਨ ਸੋਝੀ ਨੂੰ ਇਨਫਲੂਐਂਸ ਮਾਰਦਾ ਆਲੇ ਦੁਆਲੇ ਦਾ। ਇੱਥੇ ਜਿਹੜਾ ਬਚਨ ਹੈ ਨਾ, ਫਿਰ ਦੇਖੋ ਰਹਾਉ ਦੇ ਪਦੇ 'ਤੇ ਆ ਜਾਓ, ਮਨਰੇ ਸਤਿਗੁਰ ਸੇਵ ਨਿਸੰਗ ਬੇਪਰਵਾਹ ਹੋ ਕੇ। ਨਹੀਂ ਤੇ ਲੋਕ ਜਾਚ ਜਿਹੜੀ ਆਲੇ ਦੁਆਲੇ ਦੀ, ਉਹ ਬੰਦੇ ਨੂੰ ਅਕਸਰ ਰੋਂਗ ਪ੍ਰੈਕਟਿਸਿਸ ਕਰਨ ਵਾਸਤੇ ਉਹ ਪ੍ਰੇਰਦੇ ਨੇ, ਉਹ ਪ੍ਰੋਵੋਕਿੰਗ ਕਰਦੇ ਨੇ। ਉਹ ਕਹਿੰਦਾ ਤਾਂ ਕੀ ਫਰਕ ਪੈਂਦਾ, ਬੰਦਾ ਸਾਹਮਣੇ ਵਾਲੇ ਨੂੰ ਵੇਖਦਾ ਉਹ ਕਰ ਗਿਆ ਮੈਂ ਵੀ ਕਰ ਲੈਂਦਾ। ਭਾਈ ਜੇ ਉਹਨੇ ਕਰ ਲਿਆ ਤੂੰ ਨਾ ਕਰ, ਤੇਰਾ ਗੁਰੂ ਤੈਨੂੰ ਕੁਝ ਦੱਸ ਰਿਹਾ, ਸੰਦੇਸ਼ ਤੈਨੂੰ ਕੁਝ ਹੋਰ ਦੇ ਰਿਹਾ, ਆਹ ਰੂਪ ਅਡੋਪਟ ਕਰਕੇ ਰੱਖ। ਇੱਥੇ ਮਹਾਰਾਜ ਨੇ ਕਿਹਾ ਸੱਚਾ ਸ਼ਬਦ ਪਤ ਉਪਜੈ, ਸੱਚਾ ਸੱਚਾ ਨਾਂ, ਇਸ ਸੱਚ ਨਾਲ ਜੁੜਿਆ ਹੋਇਆ ਹੀ ਸੱਚਾ ਨਾਮ ਝੋਲੀ ਵਿੱਚ ਪੈਂਦਾ। ਹੁਣ ਸੱਚਾ ਨਾਂ ਇੱਥੇ ਜਿਹੜੀ ਬਾਤ ਕੀਤੀ ਗਈ ਹੈ,
ਇਹ ਹੈ ਅਸਲ ਰੱਬ ਦਾ ਉਪਦੇਸ਼। ਬੰਦਾ ਰਾਤ ਆਵੇ ਕੰਮ ਤੋਂ ਕਾਰ ਤੋਂ ਕਿਤੋਂ ਵੀ ਕਿਸੇ ਰੂਪ ਦੇ ਵਿੱਚ, ਅਤੇ ਬੰਦਾ ਸਿਰਹਾਣੇ 'ਤੇ ਇਸ ਤਰੀਕੇ ਨਾਲ ਸਿਰ ਰੱਖੇ, ਨੀਂਦ ਆ ਜੇ ਰਾਈਟ ਵੇ, ਬਸ ਗੋਲੀ ਦੀ ਲੋੜ ਨਾ ਪਏ, ਸਾਰੀ ਰਾਤ ਕਰਵਟਾਂ ਬਦਲਦਿਆਂ ਨਾ ਨਿਕਲੇ, ਜ਼ਿੰਦਗੀ 'ਤੇ ਹੋਣੀ ਚਾਹੀਦੀ ਹੈ। ਜਿੱਥੇ ਬੰਦੇ ਨੂੰ ਨਾ ਰਾਤ ਦੀ ਨੀਂਦ ਆ ਨਾ ਦਿਨ ਦਾ ਚੈਨ ਹੈ, ਕੋਈ ਜੀਵਨ ਆ? ਇਹ ਸੱਚੀ ਜੀਵਨ ਦੀ ਜਾਂਚ ਮਹਾਰਾਜ ਸਿਖਾਉਂਦੇ ਸਾਹਿਬ। ਕਹਿੰਦੇ ਸੱਚੇ ਸੱਚਾ ਨਾਉਂ, ਸੱਚੇ ਨਾਉਂ ਦਾ ਮਤਲਬ ਹੈ ਮਨ ਦੀ ਸ਼ਾਂਤੀ, ਪੀਸ ਆਫ ਮਾਇੰਡ। ਸੱਚੇ ਸ਼ਬਦ ਦਾ ਮਤਲਬ ਆ ਬੰਦੇ ਦੇ ਜੀਵਨ 'ਚ ਧਾਰਸ, ਸੰਤੁਸ਼ਟੀ, ਸੰਤੋਖਤਾ, ਇਸ ਰੂਪ 'ਚ ਬਾਤ ਕੀਤੀ ਗਈ। ਪਰ ਇਹਦੇ ਨਾਲ ਜਿੰਨੀ ਹਉਮੈ ਮਾਰ ਪਛਾਣਿਆ, ਹੰਕਾਰ ਨੂੰ ਮਾਰੋਗੇ ਤਾਂ ਇਸ ਚੀਜ਼ ਨੂੰ ਪਛਾਣੋਗੇ ਨਾ, ਨਹੀਂ ਤਾਂ ਹੰਕਾਰ ਉਹ ਬੰਦੇ ਨੂੰ ਰਾਤ ਦਿਨ ਤੜਪਾ ਰਿਹਾ। ਤੜਪਾ ਕਿਵੇਂ ਰਿਹਾ ਹੈਗਾ ਹੰਕਾਰ? ਕਿ ਆਪਣੇ ਤੋਂ ਸਾਹਮਣੇ ਵਾਲੇ ਨੂੰ ਵੇਖਦਾ ਹੈ ਅਤੇ ਵੇਖ ਕੇ ਲੱਗਦਾ ਮੈਂ ਛੋਟਾ ਰਹਿ ਗਿਆ। ਅੱਛਾ, ਫਿਰ ਹੰਕਾਰ ਕਹਿੰਦਾ ਕੋਈ ਗੱਲ ਨਹੀਂ, ਤੂੰ ਹੁਣ ਨਾ ਭਾਵੇਂ ਸੂਲੀ ਚੜ੍ਹ ਜਾਏ ਪਰ ਇਹਨੂੰ ਪਿੱਛੇ ਛੱਡਦਾ ਹੈ। ਰੇਸ ਇਹ ਲੱਗੀ ਹੈ, ਅਜੀਬ ਹਾਲਤ ਹੈ, ਸ਼ਰੀਕੇਬਾਜ਼ੀ। ਇਸ ਹਾਲਤ 'ਚ ਬੰਦਾ ਕਿੱਥੇ ਸੁੱਖ ਪ੍ਰਾਪਤ ਕਰ ਲਵੇਗਾ? ਫਿਰ ਮੈਂ ਬਾਤ ਕਰਾਂਗਾ, ਲੋਕ ਕਾਫੀ ਆ ਪੜ੍ਹ ਕੇ ਵੇਖੋ, ਮੈਂ ਤਾਂ ਕਈ ਵਾਰ ਦੇਖਿਆ ਲੋਕ ਕਹਿੰਦੇ ਆਹ ਦੇਖੋ ਭਾਈ ਸਾਹਿਬ ਕੈਸਾ ਮੋਟੀਵੇਸ਼ਨਲ ਸੌਂਗ ਲਿਖਿਆ ਹੈਗਾ। ਸੌਂਗ ਇਹ ਲਿਖਿਆ ਵੀ ਬਸ ਹੁਣ ਮੈਂ ਨਾ ਕੰਮੇ ਲੱਗ ਗਿਆ ਵਾਂ ਅਤੇ ਬਾਪੂ ਹੁਣ ਸਭ ਕੁਝ ਬਸ ਠੀਕ ਕਰ ਦੇਣਾ, ਆਹ ਵੀ ਬਣਾ ਦੇਣਾ। ਪਰ ਕਾਹਦੇ ਲਈ? ਲੋਕ ਵਿਖਾਵੇ ਲਈ? ਸੱਜਣਾ, ਜਿੰਨਾ ਤੂੰ ਬਣਾਏਗਾ ਅਗਲਾ ਉਸ ਤੋਂ ਡਬਲ ਬਣਾਏਗਾ, ਫਿਰ ਕਿੱਥੇ ਜਾਏਗਾ? ਫਿਰ ਹੋਰ ਤੜਪੇਗਾ। ਫਿਰ ਇਸ ਤੜਪਣ ਤੜਪਾਉਣ ਦੇ ਵਿੱਚੋਂ ਹੀ ਜ਼ਿੰਦਗੀ ਦੀ ਇੰਟੈਂਸ਼ਨ ਜਿਹੜੀ ਆ ਉਹ ਕੁਛ ਹੋਰ ਹੋ ਗਈ ਹੈ ਨਾ। ਆਪਣੇ ਆਪ ਨੂੰ ਦੇਖ, ਆਪਣੀਆਂ ਲੋੜਾਂ ਨੂੰ ਦੇਖ। ਹਰ ਇੱਕ ਦੀ ਆਪਣੀ ਵੱਖਰੀ ਜ਼ਰੂਰਤ ਹੈ, ਹਰ ਇੱਕ ਨੂੰ ਕੁਦਰਤ ਨੇ ਵੱਖਰੇ ਰੂਪ ਦੇ ਵਿੱਚ ਜ਼ਿੰਦਗੀ ਦਿੱਤੀ ਹੈਗੀ ਹੈ। ਇੱਥੇ ਸਾਹਿਬ ਕਹਿੰਦੇ ਜਿੰਨੀ ਹਉਮੈ ਮਾਰ ਪਛਾਣਿਆ, ਹਉਮੈ ਨੂੰ ਮਾਰਿਆ, ਆਪਣੇ ਆਪੇ ਨੂੰ ਪਹਿਚਾਣਿਆ, ਆਪਣੀਆਂ ਲੋੜਾਂ ਨੂੰ ਪਹਿਚਾਣਿਆ, ਆਈਡੈਂਟੀਫਾਈ ਕੀਤਾ ਹੂ ਐਮ ਆਈ, ਵਟ ਕਾਇੰਡ ਆਫ ਨੀਡ ਆਈ ਹੈਵ, ਵੇਅਰ ਸ਼ੁੱਡ ਆਈ ਗੋ, ਮੈਨੂੰ ਜਾਣਾ ਕਿਸ ਪਾਸੇ ਚਾਹੀਦਾ, ਮੇਰੇ ਕਿਹੋ ਜਿਹੀ ਜੀਵਨ ਜਾਂਚ ਹੋਣੀ ਚਾਹੀਦੀ ਹੈ। ਜਿਹਨੇ ਇਸ ਦੀ ਪਹਿਚਾਣ ਕੀਤੀ, ਹਾਂ ਤਿੰਨ ਬਲਿਹਾਰ ਹੈ ਜਾਓ, ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਬਲਿਹਾਰ ਜਾਣਾ ਉਹਨਾਂ ਤੋਂ। ਅਸੀਂ ਕਹਿੰਦੇ ਗੁਰੂ ਪਤਾ ਨਹੀਂ ਸੁਣੇਗਾ ਕਿ ਨਹੀਂ ਸੁਣੇਗਾ, ਗੁਰੂ ਸਾਹਿਬ ਕਹਿੰਦੇ ਸੁਣੇਗਾ, ਮੈਂ ਤਾਂ ਤੇਰੇ ਤੋਂ ਆਪਣਾ ਆਪਾ ਵਾਰ ਦਿਆਂਗਾ, ਤੂੰ ਚੱਲ ਤੇ ਸੀ ਇਸ ਰਾਹ ਦੇ ਉੱਤੇ। ਹਾਂ ਤਿੰਨ ਬਲਿਹਾਰ ਹੈ ਜਾਓ, ਮਨਮੁੱਖ ਸੱਚ ਨਾ ਜਾਣਨੇ, ਤਿੰਨਾ ਠੌਰ ਨਾ ਕਥੋਂ ਥਾਉ। ਪਰ ਜਿਹੜੇ ਮਨ ਦੇ ਮੁਰੀਦ ਨੇ, ਆਪ ਤਾਂ ਸ਼ਾਮ ਦੇ ਸਮੇਂ ਗੁਰੂ ਕੇ ਹਜ਼ੂਰ ਇੰਨੀ ਹਾਜ਼ਰੀ ਭਰ ਰਹੇ ਹੋ, ਇਹ ਬਚਨ ਸੁਣ ਰਹੇ ਹੋ, ਅਦਰਵਾਈਜ਼ ਜਦੋਂ ਬੰਦੇ ਦੇ ਚਿਹਰੇ 'ਤੇ ਬਹੁਤ ਕਾਲਖ ਲੱਗੀ ਹੋਏ ਨਾ, ਬੰਦਾ ਸ਼ੀਸ਼ਾ ਨਹੀਂ ਵੇਖਦਾ, ਉਹਨੂੰ ਲੱਗਦਾ ਸ਼ੀਸ਼ਾ ਠੀਕ ਨਹੀਂ ਗਾ, ਕਿਉਂਕਿ ਸ਼ੀਸ਼ਾ ਕੁਝ ਵਿਖਾਉਂਦਾ ਆ। ਪਰ ਫਿਰ ਵੀ ਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਦੇਖੋ, ਪਹਿਲਾ ਲੈਵਲ ਇਹ ਹੁੰਦਾ ਹੈ ਬੰਦਾ ਆਪਣੇ ਆਪ ਨੂੰ ਦਰੁਸਤ ਕਰਨ ਵਾਸਤੇ ਆਪਣੀਆਂ ਕਮਜ਼ੋਰੀਆਂ ਆਈਡੈਂਟੀਫਾਈ ਕਰੇ। ਐਜ਼ ਏ ਸੋਸਾਇਟੀ, ਸੋਸ਼ਲ ਲੈਵਲ 'ਤੇ ਅਸੀਂ ਬਾਤ ਕਰਦੇ ਹੈਗੇ ਹਾਂ, ਹੁਣ ਸੋਸ਼ਲ ਲੈਵਲ ਜਦੋਂ ਅਸੀਂ ਬਾਤ ਕਰੀਏ ਤਾਂ ਉਹਦੇ ਅੰਦਰ ਬਹੁਤ ਸਾਰੇ ਫਲਾਅ ਨੇ ਸਾਡੇ ਅੰਦਰ, ਸਾਨੂੰ ਕੰਮ ਕਰਨ ਦੀ ਲੋੜ ਆ। ਕਈ ਵਾਰੀ ਮਿਸਮੈਚ ਵੀ ਹੁੰਦਾ, ਬਾਣੀ ਕੁਝ ਕਹਿ ਰਹੀ ਹੈ ਅਸੀਂ ਕੁਝ ਹੋਰ ਬਣ ਗਏ ਹਾਂ। ਜਿਹਨੂੰ ਇਸ ਤਰ੍ਹਾਂ ਕਿਹਾ ਸੀਗਾ, ਕਹੇ ਗੁਰ ਔਰ ਕਰੇ ਹਮ ਅਵਰਾ, ਗੁਰੂ ਕੁਝ ਕਹਿ ਰਿਹਾ ਅਸੀਂ ਕੁਝ ਕਰ ਰਹੇ ਹਾਂ। ਹੁਣ ਉਹ ਜਿਹੜਾ ਮਿਸਮੈਚ ਆ ਉਹ ਫਿਰ ਕਈ ਵਾਰੀ ਬੰਦਾ ਲੱਗਦਾ ਹੋ ਕੀ ਰਿਹਾ। ਇੱਥੇ ਸਾਹਿਬ ਨੇ ਜ਼ਿਕਰ ਕੀਤਾ ਇਹ ਤਾਂ ਹੋ ਰਿਹਾ, ਮਨਮੁੱਖ ਸੱਚ ਨਾ ਜਾਣਨੀ, ਮਨ ਅੰਦਰ ਬੈਠਾ ਉਹ ਕਹਿੰਦਾ ਹੂ ਕੇਅਰ, ਇਹਨੂੰ ਨਾ ਸੁਣ, ਇਹਨੂੰ ਇਸ ਪਾਸੇ ਨਾ ਜਾ। ਇਹ ਮਨ ਲਗਾਤਾਰ ਬੋਲ ਰਿਹਾ, ਜਿਹੜਾ ਮਨ ਦਾ ਬੋਲਣਾ ਹੈ ਇਹ ਲਗਾਤਾਰ ਅਸੀਂ ਸੁਣਾਂਗੇ। ਦੇਖੋ ਇੱਕ ਚੀਜ਼ ਹੋਰ ਵੀ ਹੈ, ਇਹਨੂੰ ਇਸ ਲੈਵਲ 'ਤੇ ਦੇਖੋ, ਮਨ ਕੁਝ ਕਹਿੰਦਾ ਹੈ, ਜਿਹੜੀ ਅਕਲ ਦੀ ਆਵਾਜ਼ ਹੈ ਉਹ ਦੱਬ ਜਾਂਦੀ ਹੈ, ਦੁਬਾਰਾ ਫਿਰ ਅਕਲ ਦੀ ਆਵਾਜ਼ ਥੋੜ੍ਹੀ ਵੱਡੀ ਹੋਏ, ਥੋੜ੍ਹੀ ਹੋਰ ਉੱਚੀ ਹੋਏ, ਥੋੜ੍ਹੀ ਹੋਰ ਮਿੱਠੀ ਹੋਏ, ਥੋੜ੍ਹੀ ਹੋਰ ਵਧੀਆ ਹੋਏ, ਇੱਕ ਲੈਵਲ ਐਸਾ ਆਏਗਾ ਮਨ ਦੀ ਆਵਾਜ਼ ਦੱਬ ਜਾਏਗੀ, ਅਕਲ ਦੀ ਆਵਾਜ਼ ਵੱਡੀ ਹੋ ਜਾਏਗੀ। ਇਹੀ ਸ਼ਬਦ ਹੈ, ਗੁਰੂ ਸਾਹਿਬ ਨੇ ਐਸਾ ਰਾਹ ਦਿੱਤਾ, ਅੰਮ੍ਰਿਤਮਈ ਕੀਰਤਨ ਦਿੱਤਾ, ਵਧੀਆ ਵਧੀਆ ਸਾਜ਼ਾਂ ਦੇ ਨਾਲ, ਧੁਨਾਂ ਦੇ ਨਾਲ ਕੀਰਤਨ ਗਾਉਣਾ, ਸੰਗਤ ਕਰਨੀ, ਗੁਰਦੁਆਰਾ ਇੰਸਟੀਟਿਊਸ਼ਨ ਬਿਲਡ ਕਰਨਾ। ਆ ਜਿਵੇਂ ਅਸੀਂ ਆਰ ਤੋਂ ਹਾਰ ਮਨਾਉਂਦੇ ਹਾਂ, ਅੱਜ ਕੱਲ੍ਹ ਨਾ ਸਾਡੇ ਅੰਦਰ ਇੱਕ ਅਜੀਬ ਜੀ ਇੱਕ ਨਾਸਤਿਕਤਾ ਵੀ ਚੱਲ ਰਹੀ ਹੈ, ਬੜੇ ਖਤਰਨਾਕ ਕਿਸਮ ਦੀ। ਕਾਦਲੀ ਗੁਰਪੁਰਬ ਮਨਾਉਣੇ ਨੇ, ਕਾਦਲੀ ਸ਼ਤਾਬਦੀਆਂ ਮਨਾਉਣੀਆਂ ਨੇ, ਕਾ ਸਭ ਚੀਜ਼ਾਂ ਕਰਨੀਆਂ ਨੇ, ਨੋ ਡਾਊਟ ਖਰਚੇ ਲੱਗਦੇ, ਉਹਦੇ ਆਊਟਪੁੱਟ ਉਸ ਲੈਵਲ ਦੀ ਨਹੀਂ ਆ ਰਹੀ, ਇਹ ਸਭ ਚੀਜ਼ਾਂ ਨਹੀਂ ਹੋ ਰਹੀਆਂ। ਪਰ ਅਲਟੀਮੇਟਲੀ ਜੇ ਸਭ ਕੁਝ ਛੱਡ ਦਿਓਗੇ ਸੁਸਾਇਟੀ, ਫਿਰ ਬੀਂਗ ਏ ਸੁਸਾਇਟੀ ਕੀ ਕਰੋਗੇ? ਦੁਨੀਆਂ ਦੇ ਵੱਡੇ ਸਨੈਰੀਓ 'ਚ ਤੁਸੀਂ ਦੇਖੋ, ਨਿਊ ਈਅਰ ਈਵ ਕਿਵੇਂ ਮਨਾਈ ਜਾ ਰਹੀ ਹੈ,
ਜਿਹੜੇ ਵੱਖਰੇ ਵੱਖਰੇ ਦੁਨੀਆ ਭਰ ਦੇ ਫੈਸਟੀਵਲ ਦੇਖੋ, ਈਦ ਕਿਵੇਂ ਮਨਾਈ ਜਾ ਰਹੀ ਹੈ, ਅਤੇ ਤੁਸੀਂ ਕਲਚਰਲ ਪ੍ਰੈਕਟਿਸਿਸ ਦੇ ਵਿੱਚ ਜੋ ਕੁਛ ਤੁਹਾਨੂੰ ਐਡਾ ਵਧੀਆ ਦਿੱਤਾ ਤੁਸੀਂ ਉਹ ਸਾਰਿਆਂ ਨੂੰ ਛੱਡ ਰਹੇ ਹੋ, ਬਲਕਿ ਉਹਨੂੰ ਯੂਜ਼ ਕਰੋ ਅਹਿਦ ਕਰਨ ਵਾਸਤੇ ਆਪਣੇ ਆਪ ਦੇ ਨਾਲ। ਮੈਂ ਸਾਲ ਗੁਰਪੁਰਬ ਮਨਾ ਰਿਹਾ, ਹੇ ਗੁਰੂ ਸਾਹਿਬ ਮੈਂ ਤੇਰੇ ਰਾਹ 'ਤੇ ਬੀਤੇ ਵਰੇ 'ਚ ਨਹੀਂ ਤੁਰ ਸਕਿਆ, ਅੱਜ ਤੋਂ ਆਹ ਵਾਅਦਾ ਕਰਦਾ ਹਾਂ ਰੋਜ਼ ਜਪਜੀ ਸਾਹਿਬ ਪੜ੍ਹਿਆ ਕਰਾਂਗਾ, ਰੋਜ਼ ਐਟਲੀਸਟ ਜਪਜੀ ਸਾਹਿਬ ਦੀਆਂ ਦੋ ਪੌੜੀਆਂ ਪੜ੍ਹਾਂਗਾ, ਗੁਰੂ ਸਾਹਿਬ ਇੱਕ ਆਦਤ ਮਾੜੀ ਛੱਡਾਂਗਾ, ਗੁਰੂ ਸਾਹਿਬ ਇੱਕ ਰਾਹ ਤੁਹਾਡੇ 'ਤੇ ਤੁਰਾਂਗਾ। ਇਹ ਹੈ, ਇਹਦੇ ਨਾਲ ਸਮਾਜ ਸੁਧਰਦਾ, ਆਪਣਾ ਆਪਾ ਸੁਧਰਦਾ, ਆਲਾ ਦੁਆਲਾ ਸੁਧਰਦਾ ਹੈਗਾ। ਇਹ ਚੀਜ਼ਾਂ ਇਹ ਮਿੱਠੀਆਂ ਆਵਾਜ਼ਾਂ ਕੰਨਾਂ 'ਚ ਪਾਓਗੇ, ਇਹੋ ਜਿਹੇ ਬਚਨਾਂ ਨੂੰ ਥਾਂ ਦਿਓਗੇ, ਮਨ ਦੀ ਜਿਹੜੀ ਅੰਦਰ ਦੀ ਮੈਲੀ ਆਵਾਜ਼ ਹੈ ਉਹ ਘਟੇਗੀ ਹੌਲੀ ਹੌਲੀ, ਇਹ ਆਵਾਜ਼ ਵੱਧ ਜਾਏਗੀ, ਇਹਨੂੰ ਸੁਣ ਕੇ ਤੁਰੋਗੇ, ਬਦਲ ਜਾਏਗਾ ਜੀਵਨ। ਅਦਰਵਾਈਜ਼ ਮਨ ਨੇ ਇੱਕ ਲੈਵਲ 'ਤੇ ਆ ਜਾਣਾ ਹੈਗਾ। ਆਪ ਦੇਖੋਗੇ ਐਥੀਕਲੀ ਬੰਦਾ ਕਿਵੇਂ ਡਿੱਗਦਾ, ਬੰਦਾ ਥੋੜ੍ਹਾ ਇੱਕਦਮ ਨਹੀਂ ਡਿੱਗਦਾ, ਹੌਲੀ ਹੌਲੀ ਕਰਕੇ ਡਿੱਗਦਾ। ਬੰਦੇ ਨੂੰ ਲੱਗਦਾ ਕਿ ਇਹਦੇ 'ਚ ਕਿਹੜੀ ਗੱਲ ਆ, ਜਿਵੇਂ ਕਈ ਵਾਰੀ ਸਾਡੇ ਲੋਕ ਕਹਿ ਦਿੰਦੇ ਨੇ, ਭਾਈ ਸਾਹਿਬ ਜੀ ਵਟ ਆਰ ਯੂ ਸੇਇੰਗ, ਡੋਂਟ ਯੂ ਥਿੰਕ ਨਿਤਨੇਮ ਇਜ਼ ਏ ਟਾਈਮ ਵੇਸਟਿੰਗ। ਹੁਣ ਭਾਈ ਜੇ ਇਹ ਗੱਲ ਆ ਤਾਂ ਫਿਰ ਤਾਂ ਟਾਈਮ ਵੇਸਟਿੰਗ ਤਾਂ ਬੜਾ ਕੁਛ ਹੈਗਾ ਜਿਸ ਕਲਚਰ 'ਚ ਅਸੀਂ ਰਹਿ ਰਹੇ ਹਾਂ। ਇੱਥੇ ਇਹੋ ਜਿਹੇ ਲੋਕ ਵੀ ਰਹੇ ਨੇ, ਹਿੱਪੀ ਕਲਚਰ ਨੂੰ ਦੇਖੋ, ਆਪ ਹੀ ਮਰ ਗਿਆ, ਹਾਲਾਂਕਿ ਉਹ ਅੱਜ ਵੀ ਉਹਦਾ ਇੱਕ ਰੂਪ ਕਿਤੇ ਨਾ ਕਿਤੇ ਮੌਜੂਦ ਹੈ, ਪਰ ਟੋਟਲ ਇੱਕ ਡਨ ਹੋਇਆ। ਉਹਨਾਂ ਨੇ ਇਹ ਕਿਹਾ ਵੀ ਰੋਜ਼ ਨਹਾਉਣਾ ਇਜ਼ਨਟ ਇਟ ਟਾਈਮ ਵੇਸਟਿੰਗ, ਹਫ਼ਤੇ ਬਾਅਦ ਇੱਕ ਨਹਾ ਲੈਣਾ ਚਾਹੀਦਾ। ਫਿਰ ਹੌਲੀ ਹੌਲੀ ਕਿਹਾ ਵੀ ਹਫ਼ਤੇ ਬਾਅਦ ਵੀ ਕਾਹਦਾ ਨਹਾਉਣਾ, ਇਫ ਵੀ ਹੈਵ ਐਨਫ ਸੈਂਟ ਪਰਫਿਊਮ ਐਵਰੀਥਿੰਗ ਦੈਨ ਵਾਈ ਸ਼ੁੱਡ ਵੀ ਪੇ ਅਟੈਨਸ਼ਨ। ਹੌਲੀ ਹੌਲੀ ਪਤਾ ਲੱਗਾ, ਉਹ ਮਾਈ ਗੁੱਡਨੈਸ ਬਿਮਾਰੀਆਂ ਕਿੰਨੀਆਂ ਫੈਲਣ ਲੱਗ ਗਈਆਂ। ਫਿਰ ਹੋਰ ਚੀਜ਼ਾਂ ਤੁਸੀਂ ਦੇਖੋ, ਜੋ ਯੂਨੀਵਰਸਲ ਰਿਐਲਿਟੀ ਹੈ ਤੁਸੀਂ ਉਹ ਤੋਂ ਬਾਗੀ ਕਿਵੇਂ ਹੋ ਸਕਦੇ ਹੈਗੇ, ਤੁਸੀਂ ਹਾਈਜੀਨ ਤੋਂ ਕਿਵੇਂ ਭੱਜ ਸਕਦੇ ਹੋ। ਜੇ ਫਿਜ਼ੀਕਲ ਸਾਈਡ ਦੇ ਜਿਹੜੇ ਹਾਈਜੀਨ ਹੈਗੇ ਨੇ ਉਹਨਾਂ ਨੂੰ ਪ੍ਰੋਪਰਲੀ ਜਿਹੜਾ ਪ੍ਰੈਕਟਿਸ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਹਾਉ ਅਬਾਊਟ ਜਿਹੜਾ ਹੈਗਾ ਜਿਹੜਾ ਸਾਈਕੋਲੋਜੀਕਲ ਹੈਗਾ, ਉਹਦੇ 'ਚ ਨਹੀਂ ਬੈਕਟੀਰੀਆ ਆ ਰਿਹਾ, ਜਿਹੜੇ ਜਿਹੜਾ ਵਾਇਰਲ ਥੋਟ ਆ ਰਿਹਾ ਬੰਦੇ ਦੇ ਵਿੱਚ, ਆਪਣੇ ਅੰਦਰੋਂ ਵੀ ਪੈਦਾ ਹੋ ਰਿਹਾ, ਬਾਹਰੋਂ ਵੀ ਆ ਰਿਹਾ, ਉਹਨੂੰ ਕਿਵੇਂ ਡਿਟੈਕਟ ਕਰੋਗੇ, ਉਹਨੂੰ ਕਿਵੇਂ ਡਿਲੀਟ ਕਰੋਗੇ, ਉਹਨੂੰ ਕਿਵੇਂ ਆਪਣੀ ਜਿਹੜੀ ਉਹ ਕਲਿੰਜਿੰਗ ਕਰੋਗੇ, ਉਹਦੇ ਲਈ ਨਿਤਨੇਮ ਤੋਂ ਵਧੀਆ ਤਰੀਕਾ ਕੀ ਹੋ ਸਕਦਾ। ਨੇਮ ਦਾ ਮਤਲਬ ਸਮਝੋ ਹਰ ਰੋਜ਼ ਕਰਨਾ, ਰੋਜ਼ ਸਵੇਰੇ ਨਹਾਉਣਾ। ਅਸੀਂ ਸ਼ਬਦ ਪੜ੍ਹਦੇ ਹਾਂ, ਮਹਾਰਾਜ ਜ਼ਿਕਰ ਕਰਦੇ, ਚੌਥੇ ਪੈਰ ਸਬਾਹ ਕੈ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਉ ਦੋਸਤੀ, ਮਨ ਮੁੱਖ ਸੱਚਾ ਨਾਉ। ਚੌਥੇ ਪੈਰ ਸਬਾਹ ਕੈ, ਦਿਨ ਚੜ੍ਹਨ ਵਾਲਾ ਪ੍ਰਭਾਤ ਹੋਣ ਲੱਗੀ, ਸੁਰਤਿਆਂ ਨੂੰ ਚਾਅ ਪੈਦਾ ਹੋ ਗਿਆ, ਅੱਖਾਂ ਖੁੱਲ੍ਹਣ ਵਾਲੀਆਂ, ਉੱਠੋ ਚਲੋ ਰੱਬ ਦਾ ਨਾਂ ਲਵਾਂਗੇ ਬੈਠ ਕੇ। ਉਹ ਕੀ ਕਰਦੇ, ਚੌਥੇ ਪੈਰ ਸਬਾਹ ਕੈ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਉ ਦੋਸਤੀ, ਉਹਨਾਂ ਦੀ ਦੋਸਤੀ ਦਰਿਆ ਨਾਲ ਲੱਗਦੀ। ਦਰਿਆ ਪੁਰਾਣੇ ਸਮੇਂ ਪਾਣੀ ਦੇ ਸੋਰਸ ਦਰਿਆ ਹੁੰਦੇ ਸੀ, ਰਿਵਰਸ ਸਟ੍ਰੀਮਸ, ਉੱਥੇ ਲੋਕੀ ਪਾਣੀ ਲੈਣ ਜਾਂਦੇ ਸੀ, ਨਹਾਉਣ ਜਾਂਦੇ ਸੀਗੇ। ਬਦਲਦੇ ਮਾਹੌਲ ਦੇ ਨਾਲ ਦਰਿਆ ਤੁਹਾਡੇ ਘਰ ਆ ਗਏ, ਦਰਿਆ ਹੀ ਨਸਲ ਦੇ ਵਿੱਚ, ਜਿਸ ਸਮੇਂ ਮਰਜ਼ੀ ਟੈਪ ਖੋਲ ਦਿਓ ਪਾਣੀ ਮੌਜੂਦ ਹੈ, ਠੰਡਾ ਗਰਮ ਹਰ ਤਰ੍ਹਾਂ ਦਾ। ਦਰਿਆ ਨਾਲ ਦੋਸਤੀ ਲਾਉਣੀ, ਇਸ ਤਨ ਨੂੰ ਪਾਣੀ ਦੇ ਨਾਲ ਉਸ ਰੂਪ ਵਿੱਚ ਨਿਵਾਜਣਾ, ਇਹ ਸੰਗੀਤ ਹੈ ਪਾਣੀ ਦੇ ਵਿੱਚ, ਜਿਹੜਾ ਇਸ ਤਨ ਨੂੰ ਸਮਝ ਆਉਂਦਾ, ਤੁਹਾਨੂੰ ਨਹੀਂ ਸਮਝ ਆਉਂਦਾ, ਭਾਵੇਂ ਬਾਡੀ ਫਰੈਸ਼ ਹੋ ਜਾਂਦੀ ਹੈ, ਉਹਦੇ ਅੰਦਰ ਉਹਦੇ ਸੈੱਲ ਜਿਹੜੇ ਨੇ ਰਿਫਰੈਸ਼ ਹੋ ਜਾ, ਬਿਲਕੁਲ ਇਸ ਤਰੀਕੇ ਦੇ ਨਾਲ ਰਿਫਰੈਸ਼ਮੈਂਟ ਚਲੇ ਜਾਂਦੇ ਉਸ ਰੂਪ ਦੇ ਵਿੱਚ। ਅਤੇ ਫਿਰ ਇਕੱਲਾ ਤਨ ਪਾਣੀ ਨਾਲ ਫਰੈਸ਼ ਕਰ ਲਿਆ ਹੀ, ਹਾਉ ਅਬਾਊਟ ਯੂਰ ਓਨ ਸਾਈਕੀ ਕੌਨਸ਼ੀਅਸ, ਉਹਦਾ ਹੀ ਕਰੇਗਾ। ਉਹਦੇ ਲਈ ਮਹਾਰਾਜ ਨੇ ਕਿਹਾ ਮਨ ਲਾ ਬਾਣੀ ਵਾਲੇ ਪਾਸੇ, ਇਸ ਤੋਂ ਵੱਡੀ ਰਿਫਰੈਸ਼ਮੈਂਟ ਕੋਈ ਨਹੀਂ ਹੈਗੀ। ਜਿਵੇਂ ਤਨ ਪਾਣੀ ਥੱਲੇ ਧੋਇਆ ਹੀ, ਮਨ ਬਾਣੀ ਥੱਲੇ ਧੋ, ਇਹ ਹੈ। ਮਨ ਦੇ ਮਰੀਜ਼ ਨੂੰ ਨਹੀਂ ਚੰਗੀ ਲੱਗਦੀ ਗੱਲ ਹੈ, ਉਹ ਕਹਿੰਦਾ ਭਾਈ ਸਾਹਿਬ ਡੋਂਟ ਯੂ ਥਿੰਕ ਇਟਸ ਟਾਈਮ ਵੇਸਟਿੰਗ, ਆਹ ਰੂਪ ਆ। ਹਾਂ, ਹਿਪੋਕ੍ਰੇਟ ਨਾ ਹੋਏ ਬੰਦਾ, ਇਹ ਜ਼ਰੂਰੀ ਹੈ। ਕਰ ਕੁਝ ਰਿਹਾ, ਬੋਲ ਕੁਝ ਰਿਹਾ, ਪੜ੍ਹ ਕੁਝ ਰਿਹਾ, ਅਤੇ ਅਮਲੀ ਤੌਰ 'ਤੇ ਬੰਦੇ ਦੇ ਜੀਵਨ ਦੇ ਵਿੱਚ ਇਹਦਾ ਕੋਈ ਰੰਗ ਨਹੀਂ, ਵਿਕਾਰ ਵੀ ਨੇ, ਮਾੜੀ ਬਿਰਤੀ ਵੀ ਹੈ, ਗੁਨਹਗਾਰੀਅਤ ਵੀ ਹੈ, ਇੱਥੇ ਜਾ ਕੇ ਫਿਰ ਬੰਦੇ ਦੀ ਬੇਪਤੀ ਹੁੰਦੀ। ਸਾਹਿਬ ਨੇ ਜ਼ਿਕਰ ਕੀਤਾ ਇਹਦੇ ਵਿੱਚ, ਕਿਹਾ ਮਨਮੁੱਖ ਸੱਚ ਨਾ ਜਾਣਨੀ, ਤਿੰਨ ਠੌਰ ਨਾ ਕਥੂ ਥਾਂ, ਅਤੇ ਐਂਡ ਉਹਨਾਂ ਦਾ ਫਿਰ ਉਹਨਾਂ ਨੂੰ ਕੋਈ ਟਿਕਾਣਾ ਨਹੀਂ, ਨਾ ਘਰ ਨਾ ਘਾਟ, ਕੁਛ ਵੀ ਨਹੀਂ ਬਚਦਾ। ਐਥੀਕਲੀ ਬੈਂਕਰਪਟ ਹੋਇਆ ਬੰਦਾ, ਸਪਿਰਿਚੁਅਲੀ ਬੈਂਕਰਪਟ ਹੋਇਆ ਬੰਦਾ, ਉਹਦੀ ਕੀ ਪੱਤ ਹੈ ਅਤੇ ਕੀ ਇੱਜ਼ਤ ਹੈ। ਲੇਟਰ ਔਰ ਸੁੰਦਰ ਬਾਣੀ ਕਹਿੰਦੀ ਉਗਰ ਗਿਆ ਜੈਸੇ ਖੋਟਾ ਟਬੂਆ, ਨਦਰ ਸਰਾਪ ਹੈ ਆਏ। ਕਾਲ ਸਰਾਪ ਜਦੋਂ ਕਸਵੱਟੀ ਲਾਉਂਦਾ ਹੈ, ਫਿਰ ਸਭ ਉਗੜ ਕੇ ਮਲੰਮਾ ਬਾਹਰ ਆ ਜਾਂਦਾ ਹੈਗਾ। ਅਗਲੇ ਬਚਨਾਂ ਦੇ ਵਿੱਚ ਇਹਦੀ ਫਰਦਰ ਐਕਸਪਲੇਨੇਸ਼ਨ ਵਿਆਖਿਆ ਮੌਜੂਦ ਹੈ। ਅੱਜ ਵਾਸਤੇ ਇੱਥੇ ਹੀ ਸਮਾਪਤੀ।
ਆਉਂਦੀ 13 ਤਾਰੀਖ ਇਤਵਾਰ ਵਾਲੇ ਦਿਨ ਨਿਸ਼ਾਨ ਸਾਹਿਬ ਦੀ ਸੇਵਾ ਉਹ ਕੀਤੀ ਜਾਣੀ ਹੈ 11:30 ਵਜੇ ਦੁਪਹਿਰ ਦੇ ਸਮੇਂ ਆਪ ਸੰਗਤ ਦੀਦਾਰ ਪਾਉਣੇ ਇੱਥੇ ਸੰਗਤਾਂ ਦੇ ਦਰਸ਼ਨ ਕਰਨੇ ਇਹ ਸਾਰੀ ਸੇਵਾ ਦੇ ਵਿੱਚ ਹਿੱਸਾ ਪਾਉਣਾ ਇਸ ਸੇਵਾ ਦਾ ਹਿੱਸਾ ਬਣਨਾ ਇਹ ਪ੍ਰਬੰਧਕ ਸਜਾਨਾ ਨੂੰ ਬੇਨਤੀ ਹੈਗੀ ਹੈ ਇੱਥੇ ਸਮਾਪਤੀ ਸਭ ਪ੍ਰੇਮ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।